ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਗੇ ਵਿਦਵਾਨ ਡਾਕਟਰ ਪਿਆਰਾ لال ਗਰਕ ਮੌਜੂਦ ਨੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਨੇ 50 ਦਿਨ ਪੂਰੇ ਹੋਣ ਦੇ ਉੱਤੇ ਅਖਬਾਰਾਂ ਦੇ ਵਿੱਚ ਜਾਂ ਹੋਰ ਵੀ ਸੋਸ਼ਲ ਮੀਡੀਆ ਜ਼ਰੀਏ ਪ੍ਰਚਾਰ ਕੀਤਾ ਕਿ 26000 454 ਨੌਕਰੀਆਂ ਦੱਸਿਆ ਕਿਹੜੇ ਕਿਹੜੇ ਵਿਭਾਗ ਵਿੱਚ ਕਿੰਨੀਆਂ ਨੇ ਇਹਦੇ ਬਾਰੇ ਮੈਂ ਆਸੀਂ ਨੌਜਵਾਨਾਂ ਦੇ ਕੋਲੋਂ رائے ਲਈ ਗਈ ਪੁੱਛਿਆ ਗਿਆ ਕਿ ਦੱਸੋ ਤੁਹਾਨੂੰ ਮਤਲਬ ਕਿ ਕੀ ਚਾਹੀਦਾ ਹੈ ਕਿ ਤੁਸੀਂ ਖੁਸ਼ ਹੋ ਸਰਕਾਰ ਦੇ ਫੈਸਲੇ ਤੋਂ ਪਰ ਨੌਜਵਾਨਾਂ ਦੇ ਵਿੱਚ ਖੁਸ਼ੀ ਨਹੀਂ ਸੀ ਉਹ ਕਹਿੰਦੇ ਉਮੀਦ ਹੈ ਪਿਛਲੀਆਂ ਸਰਕਾਰਾਂ ਵੀ ਇਹ ਕੁਝ ਕਰਦੀਆਂ ਰਹੀਆਂ ਨੌਕਰੀਆਂ ਕੱਢਦੀਆਂ ਫਿਰ ਉਸ ਤੋਂ ਬਾਅਦ ਚੁੱਕਦੇ ਕੋਈ ਉਹ ਤੇ ਸਟੇਲ ਆਇਆ ਕਦੇ ਕੋਈ ਪੇਪਰ ਨਹੀਂ ਲਿਆ ਜਾਂ ਕਿਸੇ ਦੀ ਉਮਰ ਵਿਚਾਰੇ ਦੀ ਲੰਘ ਗਈ ਉਹ ਦੇਖਦਾ ਰਿਹਾ ਮਤਲਬ ਕਿ ਉਨ੍후ਕ ਭਰੋਸੇਯੋਗਤਾ ਹਲੇ ਬਣਦੀ ਨਹੀਂ ਲੋਕਾਂ ਦੀ ਇਸੇ ਕਰਕੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੀ ਆਇਲਸ ਦਾ ਨਿੱਕਾ ਜਾਂ ਪੇਪਰ ਹੈ ਉਹਦੀ ਗੱਲ ਛੱਡੋ ਤੁਸੀਂ ਪੰਜਾਬ 'ਚ ਰਹੋ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਨੌਕਰੀਆਂ ਦਿਆਂਗੇ ਅਹ ਦੇਖੋ ਸੁਖਿੰਦਰ ਜੀ ਕਹਿੰਦੇ ਵੀ ਜਿਹੜਾ ਦੁੱਧ ਫੂਕਿਆ ਹੁੰਦਾ ਨਾ ਉਹ ਦੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ ਸੋ ਸਾਡੇ ਜਿਹੜਾ ਪੰਜਾਬ ਦਾ ਕਦੇ ਨੌਜਵਾਨ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਤਜਰਬਾ ਪਿਛਲੇ 30 ਸਾਲ 'ਚ ਬਹੁਤਾ ਹੀ ਮਾੜਾ ਰਿਹਾ ਹੈ ਸਿਆਸਤ ਦੇ ਨਾਲ ਅਰੋਤੀ ਸਾਲ ਚੋ 5 ਸਾਲ ਇਹ ਜਿਹੜੀ ਹੁਣ ਪਾਰਟੀ ਰਾਜ ਕਰਦੀ ਆ ਇਹਦੇ ਵੀ ਬੀਐਮਐਡੀ ਸੀਗੇ ਇਹਨੇ ਵੀ ਤਿੰਨ ਕਵਾਰੀ ਆਪਦਾ ਐਲਓਪੀ ਬਦਲਿਆ ਸੀ ਤੇ 10 ਕ ਐਮਐਡੀ ਦੇ ਟੁੱਟ ਕੇ ਵੀ ਆਏ ਸੀ ਸੋ ਉਹਨਾਂ ਚੋ ਸਾਰਾ ਕੁਝ ਉਹ ਦੇਖ ਰਹੇ ਨੇ ਐਲਾਨ ਬਹੁਤ ਸਾਰੇ ਨਹੀਂ ਕਰੇ ਨੇ ਚਰਨ ਜੀ ਚੰਨੀ ਜਾਂਦੇ ਹੰਦੇ ਕਹੀ ਜਾਂਦਾ ਸੀ ਵੀ ਚੰਨੀ ਮਸਲੇ ਹੱਲ ਚੰਨੀ ਹੀ ਕਰੂਗਾ ਹੋਰ ਕੋਈ ਕਰ ਹੀ ਨਹੀਂ ਸਕਦਾ ਜੋ ਬੜਿਆ ਐਲਾਨ ਕਰਕੇ ਐਲਾਨ ਤਾਂ ਹਵਾ ਦੇ ਵਿੱਚ ਆ ਉਹਨਾਂ ਨੇ ਵੀ ਅਖਬਾਰਾਂ ਚ ਬੜੇ ਇਸ਼ਤਿਹਾਰ ਦਿੱਤੇ ਸੀ ਇਹ ਵੀ ਰੋਜ਼ ਹੀ ਅਖਬਾਰ ਚ ਇੱਕ ਪਹਿਲਾ ਪੇਜ ਭਰਿਆ ਹੁੰਦਾ ਇਸ਼ਤਿਹਾਰ ਦਾ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਜਿਹੜਾ ਲੋਕਾਂ ਦਾ ਪੈਸਾ ਹੈ ਇਹਨੂੰ ਇਹਨੇ ਇਸ਼ਤਿਹਾਰਾਂ ਤੇ ਲਾਉਂਦ ਕੀ ਲੋੜ ਹੈ ਤੁਸੀਂ ਤੁਹਾਡੇ ਕੋਲ 92 ਐਮਰ ਡੈਨ ਤੁਸੀਂ ਲੋਕਾਂ ਦੇ ਵੀ ਜਾਓ ਤੇ ਕਹੀ ਜਾਓ ਜੋ ਕੁਝ ਕਹਿਣਾ ਹੈ ਲੋਕਾਂ ਨੂੰ ਇਕੱਠੇ ਕਰੋ ਆਪਣੇ ਬੜਾਕਾਂ ਤੇ ਸੋ ਇੱਕ ਤਾਂ ਇਹ ਹੈ ਵੀ ਇਹ ਵੀ ਉਹੀ ਮੀਡੀਆ ਕੰਪੇਨ ਦੇ ਵਿੱਚ ਲੱਗੇ ਹੋਏ ਨੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਜਿੱਤਣਾ ਹੁੰਦਾ ਹੈ ਉਹ ਵਿਸ਼ਵਾਸ ਕਰਦਾ ਚਾਰ ਚੀਜ਼ਾਂ ਦੇਖ ਕੇ ਨਹੀਂ ਹੁੰਦਾ ਤੁਸੀਂ ਜਿੰਨਾ ਮਰਜ਼ੀ ਲਈ ਜਾਓ ਇੱਕ ਤਾਂ ਜਿੰਨੇ ਚਿਰ ਲੋਕਾਂ ਦੀ ਕਿਸੇ ਚੀਜ਼ ਤੇ ਕੋਈ ਖਾਸ ਮੰਗਣਾ ਹੋਵੇ ਪੂਰੀ ਮੰਗ ਕਰਨ ਦਾ ਤਰੀਕਾ ਜਦ ਵੀ ਤੁਸੀਂ ਜੇ ਲੋਕਾਂ ਨੂੰ ਇਹ ਵੀ ਕਹਿਣਾ ਹੋ ਨਾ ਵੀ ਨਵੇਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਵੀ ਜੇ ਮੇਰੇ ਕੋਲ ਕੋਈ ਮਰੀਜ਼ ਆਂਦਾ ਸੀ ਪੀਜੀਆਈ ਦੇ ਵਿੱਚ ਤੇ ਮੈਂ ਉਹਨੂੰ ਕਹਿੰਦਾ ਸੀ ਵੀ ਟੈਸਟ ਕਰਵਾ ਲਓ ਤੇ ਅਗਲੇ ਹਫਤੇ ਆ ਜਿਓ ਜੇ ਤੁਹਾਡੇ ਟੈਸਟ ਠੀਕ ਹੋਏ ਤੇ ਸਾਡੇ ਕੋਲ ਬੈੱਡ ਹੋਇਆ ਸੀ ਤੁਹਾਨੂੰ ਦਾਖਲ ਕਰ ਲਵਾਂਗੇ ਤੇ ਆਪਰੇਸ਼ਨ ਕਰ ਲਿਆਂਗੇ ਕਿ ਜੋ ਉਹਦੇ ਵਿੱਚ ਕੋਈ ਬੰਦਾ ਕਹਿੰਦਾ ਜੀ ਮੈਂ ਤਾਂ ਬੜਾ ਦੂਰੋਂ ਆਇਆ ਤੇ ਮਿਹਨਤ ਹੁਣੀ ਜੇ ਕਰ ਦੂੰ ਤਾਂ ਠੀਕ ਐ ਤਾਂ ਅਸੀਂ ਦੇਖ ਦੂ ਕਿ ਕਿਸੇ ਦੂਜੇ ਦਾ ਜਿਹਦਾ ਡੇਟ ਹੋਣਾ ਹੁੰਦਾ ਉਹਨੂੰ ਕੁਝ ਕਰਕੇ ਤੇ ਉਹਨੂੰ ਦਾਖਲ ਵੀ ਕਰ ਦਿੰਦੇ ਸੀ ਆਪਰੇਸ਼ਨ ਵੀ ਕਰ ਦਿੰਦੇ ਸੀ ਤਾਂ ਮੇਰੇ ਰੈਜ਼ੀਡੈਂਟ ਜਿਹੜੀ ਸੀ ਉਹ ਪੁੱਛਦੇ ਸੀ ਵੀ ਸਾਰੇ ਕਿਉਂ ਆਏ ਤੁਸੀਂ ਕਹਿ ਵੀ ਦਿਨੋ ਕਿ ਦਾਖਲ ਵੀ ਕਰ ਲੈਣਾ ਮੈਂ ਕਿਹਾ ਜਿਹੜਾ ਬੰਦਾ ਹੈ ਕੀ ਪਤਾ ਉਹ ਮੈਂਟਰੀ ਪ੍ਰਪੇਅਰਡ ਹੈ ਵੀ ਕਿ ਨਹੀਂ ਜੇ ਮਨੋਂ ਤਿਆਰ ਹੋਊਗਾ ਫੇਰ ਕਹੂਗਾ ਹੁਣੀ ਕਰ ਲਓ ਆਪਾਂ ਕਰ ਲਾਂਗੇ ਕੋਈ ਐਕਸਟਰਾ ਬੈੱਡ ਜੋ ਵੀ ਹੋ ਦੇਖੀ ਜੋ ਹੁੰਦਾ ਮੇਰੀ ਮੈਨੂੰ ਚਿੱਠੀਆਂ ਵੀ ਨਿਕਦੇ ਆ ਵੀ ਤੁਸੀਂ ਫालतू ਮਰੀਜ਼ ਦਾਖਲ ਕਰ ਦਿੰਦੇ ਹੋ ਤੁਸੀਂ ਆਹ ਕਰ ਦਿੰਦੇ ਹੋ ਕਿ ਜਦ ਤੁਸੀਂ ਮਰੀਜ਼ਾਂ ਦੀ ਗੱਲ ਸੁਣਨੀ ਹੈ ਫਿਰ ਤੁਹਾਨੂੰ ਪ੍ਰਸ਼ਾਸਨ ਦਾ ਤਾਂ ਜਿਹੜਾ ਗੁੱਸਾ ਉਹ ਚਲਣਾ ਪਊਗਾ ਤੇ ਮੇਰੇ ਕੋ ਆਪਣੇ ਟੌਪਿਕ ਵਿੱਚ ਮੈਂ ਲਿਖ ਦਿੰਦਾ ਸੀ ਵੀ ਤੁਸੀਂ ਦੇਖ ਦਿਓ ਵੀ ਜਾਂ ਤਾਂ ਬੈੱਡ ਖਾਲੀ ਰੱਖੇ ਜਾਣ ਜਾਂ ਫਿਰ ਐਮਰਜੈਂਸੀ ਨੂੰ ਅਸੀਂ ਨਾ ਕਰ ਦਿਆ ਕਰੀਏ ਇਹ ਗੱਲਾਂ ਦੋਨੇ ਨਹੀਂ ਲਿਖ ਸਕਦਾ ਡਾਇਰੈਕਟਰ ਸੋ ਤਾ ਤਰੀਕਾ ਹੁੰਦਾ ਆਪਣੇ ਬਚਨ ਦਾ ਵੀ ਔਰ ਸੱਚੀ ਲਿਖੇ ਕੋਈ ਝੂਠ ਨਹੀਂ ਹੈ ਕੋਈ ਰੋਮ ਨਹੀਂ ਹੈ ਸੋ ਉਹਦੇ ਵਿੱਚ ਜੇ ਮੈਂਟਲੀ ਪ੍ਰੀਪੇਅਰ ਨਹੀਂ ਹੁਣ ਲੋਕ ਜਿਵੇਂ ਤੁਸੀਂ ਕਹ ਇਹਨਾਂ ਨੇ ਕਹਿ ਤਾਂ ਦਿੱਤਾ ਕਿਸੇ ਲੋਕਾਂ ਨੂੰ ਇਹ ਉਮੀਦ ਨਹੀਂ ਸੀ ਜਾਂ ਜੰਨੀ ਨੇ ਕਿਹਾ ਮੈਂ ਹਰੇਕ ਔਰਤ ਨੂੰ ਮੁਫਤ ਵਸਾ ਫਰਦਿਮ ਕਿਸੇ ਦੀ ਕੋ ਮੰਗੇ ਵੀ ਨਹੀਂ ਸੀ ਲੋੜ ਸੀ ਕਿ ਜਿਹੜੇ ਕਾਲਜ ਚ ਕੁੜੀਆਂ ਪੜ੍ਹਦੀਆਂ ਨੇ ਸਕੂਲਾਂ ਚ ਪੜ੍ਹਦੀਆਂ ਯੂਨੀਵਰਸਿਟੀ ਚ ਪੜ੍ਹਦੀਆਂ ਅਜ ਕਦਾ ਆਮਦਨਾਂ ਬਹੁਤ ਘੱਟ ਨੇ ਉਹਨਾਂ ਨੂੰ ਤੁਸੀਂ ਮੁਫਤ ਕਰ ਦਿਓ ਇਵਨ ਮੈਂ ਕਹਾਂਗਾ ਮੇਲ ਚਿਲਡਰਨ ਨੂੰ ਵੀ ਤੁਸੀਂ ਸਸਤੇ ਪਾਸ ਦੇ ਦਿਓ ਬਲਕਿ ਉਹ ਜਿਹੜੇ ਕਾਲਜ ਯੂਨੀਵਰਸਿਟੀਆਂ ਚ ਉਹਨਾਂ ਨੂੰ ਪਾਸ ਸਸਤਾ ਕਰ ਦੋ ਪਹਿਲਾਂ ਵੀ ਪਾਸ ਸਸਤਾ ਤੁਸੀਂ ਕਰੋ ਉਹਨਾਂ 'ਤੇ ਬੜੇ ਬੜੇ ਕੋਲਡਰੇ ਸੀ ਸਸਤੇ ਪਾਸ ਵਾਸਤੇ ਤੁਸੀਂ ਸਸਤਾ ਪਾਸ ਕਰ ਦੋ ਉਹਦੇ ਨਾਲ ਤੁਹਾਨੂੰ ਥੋੜੀ ਬਹੁਤੀ ਜਿੰਨਾ ਕਿ ਟੈਕਸ ਤੁਸੀਂ ਕਲੈਕਟ ਕਰਨਾ ਸੀ ਜਿੰਨਾ ਤੁਹਾਡਾ ਟ੍ਰੇਨਪੋਰਟ ਖਰਚ ਹੁੰਦਾ ਉਹਨਾਂ ਕ ਤੱਕ ਟੁਕ ਟੁਕ ਵਾਜੋ ਅਰੇ ਸਟ੍ਰਿਕਟ ਰ ਅᱫੋ ਵੀ ਹਰੇਕ ਨੂੰ ਬਿਠਾਉਣਾ ਪਊਗਾ ਬਸ ਪੜਾਖ ਪਜਾ ਕੇ ਨਹੀਂ ਲੈ ਕੇ ਜਾਣੀ ਤੇ ਇਦਾਂ ਹੀ ਜਿਨ੍ਹਾਂ ਨੂੰ ਸਕੂਲ ਵਾਲਿਆਂ ਨੂੰ ਮੁਫਤ ਕਰ ਦੋ ਕਿਉਂਕਿ ਸਕੂਲ ਦੇ ਬੱਚੇ ਤਾਂ ਛੋਟੇ ਬੱਚੇ ਨੇ ਜਿੱਥੇ ਵੀ ਜਾਣਾ ਹੈ ਸੋ ਉਹਦੇ ਵਿੱਚ ਉਹਨਾਂ ਨੇ ਉਹ ਕਰਤੀ ਇਹ ਵੀ ਉਦਾਂ ਹੀ ਚਲਾਈ ਜਾ ਰਹੇ ਨੇ ਇਸ ਟਾਈਂ ਆਹ 1000 ਰੁਪਏ ਮਹੀਨਾ ਦੇਣ ਦੀ ਗੱਲ ਹੈ ਤੁਸੀਂ ਜਿਹੜੇ ਕੋਲ ਜਿਹਨੂੰ 2 ਲੱਖ 2 ਲੱਖ 3 ਲੱਖ ਤਨਖਾਹ ਦਾ ਮਿਲਦਾ ਜਾਂ 4 ਲੱਖ 5 ਲੱਖ ਪੈਨਸ਼ਨ ਦਾ ਮਿਲਦਾ ਉਹਨੂੰ ਤੁਸੀਂ 10000 ਰੁਪਏ ਲੈ ਕੇ ਕੀ ਕਰੋਗੇ ਕੀ ਦੱਸਣਾ 1000 ਰੁਪਏ ਮਹੀਨੇ ਦਾ ਦੇ ਕੇ ਕੀ ਦੱਸਣਾ ਚਾਹੁੰਦੇ ਹੋ ਪਰ ਤੁਹਾਡੇ ਖਜ਼ਾਨੇ ਤੇ ਬੋਝ ਪੈ ਜਾਣਾ ਕਿਉਂਕਿ ਗਿਣਤੀ ਬਹੁਤ ਆਹੋ ਸੋ ਜਦ ਤੱਕ ਤੁਸੀਂ ਕੋਈ ਰੈਸ਼ਨਲ ਫੈਸਲੇ ਨਹੀਂ ਬੈਂਦੇ ਲੋਕਾਂ ਦੀ ਮੰਗ ਤੋਂ ਬਿਨਾ ਮੰਗ ਦੇ ਹਿਸਾਬ ਨਾਲ ਫੈਸਲੇ ਨਹੀਂ ਲੈਂਦੇ ਇੱਕ ਤਾਂ ਉਹ ਫੈਸਲਾ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਤੁਸੀਂ ਕਰਕੇ ਵੀ ਕਰੀ ਜਾਂਦੇ ਹੋ ਤੇ ਦੁੱਧਾ ਵਿੱਚ ਦੋਨੋਂ ਗਏ ਨਾ ਮਾਇਆ ਮਿਲੀ ਨਾ ਰਾਮ ਇੱਕ ਤਾਂ ਇਹ ਹੁੰਦਾ ਦੂਜਾ ਇਹ ਹੈ ਕਿ ਲੋਕਾਂ ਨੂੰ ਸਰਕਾਰ ਤੇ ਬਿਲਕੁਲ ਯਕੀਨ ਨਹੀਂ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜੋ ਮੈਂ ਪਹਿਲੇ ਕਿਹਾ ਬਹੁਤ ਜ਼ਿਆਦਾ ਜ਼ਿਆਦਤੀ ਕਰੀ ਹੋਈ ਹੈ ਲੋਕਾਂ ਨਾਲ ਬਹੁਤ ਝੂਠੇ ਵਾਅਦੇ ਕਰੇ ਹੋਏ ਨੇ ਹਰੇਕ ਸਰਕਾਰ ਨੇ ਕਿਹਾ ਮਾਫੀਆ ਖਤਮ ਕਰਾਂਗੇ ਕਰਿਆ ਕਿਸੇ ਨਹੀਂ ਇਹ ਵੀ ਜਿੱਦ ਮਾਫੀਏ ਨੂੰ ਹੱਥ ਪਾਉਣਗੇ ਉਦੋਂ ਪਤਾ ਲੱਗੂ ਆ ਜਿਹੜਾ ਰੈਵਨਿਊ ਵਾਲਾ ਮਾਫੀਆ ਹੈ ਉਹਨੇ ਤਾਂ ਇਹਨਾਂ ਨੂੰ ਚੱਲਣੇ ਚਵਾਉਣੇ ਸ਼ੁਰੂ ਕਰਤੇ ਨੇ ਪੁਲਿਸ ਵਾਲੇ ਮਾਫੀਏ ਨੇ ਵੀ ਸ਼ੁਰੂ ਕਰਤੇ ਨੇ ਰੇਤੇ ਵਾਲੇ ਦਾ ਜੇ ਮੈਨੂੰ ਪਤਾ ਨਹੀਂ ਕਿੰਨਾ ਕ ਕਰੇਗਾ ਜਿਹੜਾ ਨੌਕਰੀਆਂ ਦੇ ਭ੍ਰਿਸ਼ਟਾਚਾਰ ਵਾਲਾ ਮਾਫੀਆ ਹੈ ਉਹਦਾ ਹੋਣਾ ਇਹਨਾਂ 26454 ਨੌਕਰੀਆਂ ਦੇ ਵਿੱਚ ਪਤਾ ਲੱਗ ਜੂਗੀ ਕਿੰਨਾ ਕੋ ਮਾਫੀਆ ਕਿਵੇਂ ਕੰਮ ਕਰਦਾ ਤੇ ਕਿਵੇਂ ਇਹ ਹੈ ਜਿਹੜਾ ਪੇਪਰ ਲੀਕ ਮਾਫੀਆ ਉਹਦਾ ਵੀ ਪਤਾ ਲੱਗ ਜੂਗਾ ਤੇ ਜਿਹੜਾ ਬੋਰਡ ਦੀਆਂ ਸਕੂਲ ਦੀਆਂ ਬੋਰਡ ਦੀਆਂ ਕਿਤਾਬਾਂ ਲੇਟ ਛਾਪਣ ਕਰਕੇ ਜਾਣ ਕੇ ਛਪਾਉਣਾ ਤੇ ਤਾਂ ਕਿ ਗਾਈਡ ਵੀ ਜਾਣ ਉਦੋਂ ਉਹ ਮਾਫੀਆ ਜਿਹੜਾ ਉਹ ਵੀ ਐਜੈਕਟਿਵ ਹੈ ਉਹਦੇ ਉੱਤੇ ਕੋਈ ਅਜੇ ਤੱਕ ਇੱਕ ਭੋਰਾ ਇੱਕ ਗੋਡੇ ਚ ਪੂਣੀ ਨਹੀਂ ਕੀਤੀ ਇਹਨਾਂ ਨੇ ਸੋ ਇਸ ਕਰਕੇ ਮੈਂ ਇਹ ਸਮਝਦਾ ਵੀ ਜਿਹੜਾ ਲੋਕਾਂ ਦਾ ਇਹ ਜਿਹੜੀਆਂ ਇਹਨਾਂ ਨੇ ਪੋਸਟਾਂ ਐਡਵਰਟਾਈਜ਼ ਕਰੀਆਂ ਨੇ ਮੇਰੇ ਕੋਲ ਸਾਰਾ ਇਸ਼ਤਿਆਰ ਹੈ ਡਿਟੇਲਡ ਹੈ ਉਹਦੇ ਚ ਕਿੰਨੀਆਂ-ਕਿੰਨੀਆਂ ਨੇ 2754 ਐਗਰੀਕਲਚਰ ਮਹਕਮੇ ਚ ਨੇ ਆਈ ਨਹੀਂ ਆਈਸਟ ਨੇ ਆਈ ਨਹੀਂ ਆਈਸਟ ਨੇ ਹਰ ਇੱਕ ਜਨੇ ਐਕਸਾਈਜ਼ ਕਿੰਨੀਆਂ ਨੇ ਸੋਚਨੇ ਕਿ ਸਮੀਆਂ ਕੰਡੀਆਂ ਚ ਚਾਹੀਦੀਆਂ ਨੇ ਕਿਉਂਕਿ ਤੈਨਾ ਪੰਜਾਬ ਦੇ ਵਿੱਚ ਜੇ ਮੈਂ 1990 ਦੀ ਗੱਲ ਕਰਾਂ ਤਾਂ ਜਦ ਇੱਥੇ ਤਕਰੀਬਨ 5 ਲੱਖ ਮੁਲਾਜ਼ਮ ਸਾਢੇ 4 ਲੱਖ ਹੁੰਦਾ ਸੀ ਹੁਣ ਤੋਂ ਘਟ ਘਟ ਕੇ 3 ਲੱਖ ਹੀ ਰਹਿ ਗਿਆ। ਉਸਾਮੀਆਂ ਤਾਂ ਸੀਗੀਆਂ ਅਕਾਦੀ ਸਰਕਾਰ ਨੇ ਕਦੇ ਕਰਤਾ ਕਰੇ ਕਾਂਗ ਬਿਚਾਣੇ ਕਰਤਾ ਪਹਿਲੀਆਂ ਸਰਕਾਰਾਂ ਨੇ ਵੀ ਜਿਹੜੀ ਉਸਾਮੀ ਖਾਲੀ ਹੋ ਜੇ ਨੂੰ ਭਰਨਾ ਨਹੀਂ। ਫਿਰ ਦਫ਼ਤਰਾਂ ਵਿੱਚ ਕੰਮ ਕਿਵੇਂ ਚੱਲੂ ਕਈ ਜਗ੍ਹਾ ਤੇ ਫालतू ਲਾਰਖੀਆਂ ਨੇ, ਕਈ ਜਗ੍ਹਾ ਤੇ ਬੰਦੇ ਵੀ ਫालतੂ ਬੈਠੇ ਨੇ। ਉਹਨਾਂ ਦਾ ਇਹ ਕੁਝ ਨਹੀਂ ਕਰਦੇ। ਸੋ ਮੈਨੂੰ ਲੱਗਦਾ ਵੀ ਉਸਾਮੀਆਂ ਭਰਨਾ ਕੱਡਾ ਹੱਲ ਨਹੀਂ ਹੈ। ਜੇ ਤੁਹਾਡੇ ਘੜੇ ਦੇ ਵਿੱਚੋਂ ਪਾਣੀ ਲੀਕ ਹੋਈ ਜਾਵੇ ਤੇ ਤੁਸੀਂ ਉੱਤੋਂ ਟੂਟੀ ਖੋਲ੍ਹ ਕੇ ਪਾਣੀ ਪਾਈ ਜਾਓ ਤੇ ਲੀਕ ਉਦੋਂ ਜ਼ਿਆਦਾ ਹੁੰਦਾ ਹੋਵੇ ਫਿਰ ਤੁਸੀਂ ਪਾਈ ਜਾਓ ਜਿੰਨਾ ਪਾਉਣਾ ਹੈ ਪਾਣੀ ਵੀ ਵੇਸਟ ਜਾਊਗਾ ਤੇ ਘੜਾ ਵੀ ਨਹੀਂ ਪਰਣਾ ਸੋ ਇਹ ਵੀ ਇੱਕ ਗੱਲ ਹੈ ਸੋ ਇਸ ਕਰਕੇ ਲੋਕਾਂ ਦੀ ਜਿਹੜੀ ਤਸੱਲੀ ਨਹੀਂ ਹੋ ਰਹੀ ਜਿਹੜੇ ਤੁਸੀਂ ਕਿਹਾ ਵੀ ਕਿਤੇ ਕੋਟ ਚ ਸਟੇ ਹੋ ਜੂ ਜੀ ਕਿਤੇ ਰੋਲਾ ਪੈ ਜੂ ਉਹ ਇਸੇ ਕਰਕੇ ਹੀ ਤੰਦਾ ਨਾ ਜਿਹੜੇ 1158 ਡੈਕਚਰਰ ਸੀਗੇ ਆਪਦੇ ਵੱਲੋਂ ਪ੍ਰਗਟ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਕਰਿਆ ਵੀ ਕੋਈ ਪੰਜ ਨੰਬਰ ਇੰਟਰਵਿਊ ਦੇ ਵੀ ਨਹੀਂ ਰੱਖਨੇ ਜੇ ਤਾਂ ਯੂਨੀਵਰਸਿਟੀਆਂ ਨੂੰ ਯੂਨੀਵਰਸਿਟੀਆਂ ਲਿਖਿਆ ਫੇਰੀ ਕਰਕੇ ਕਿਉਂਕਿ ਉਹਨਾਂ ਭਾਵੇਂ ਤਾਂ ਜਿਹੜਾ ਸੀਗਾ ਵੀ ਇਹ ਭਾਗੜ ਦਾ ਬੰਨ ਟੁੱਟ ਗਿਆ ਸੀ ਮਾਫ ਇਹਨਾਂ ਨੂੰ ਫਾਇਦਾ ਲੈਣ ਵਾਸਤੇ ਤਾਂ ਕਿਉਂਕਿ ਯੂਨੀਵਰਸਿਟੀ ਨੂੰ ਤਾਂ ਕਦੇ ਐਕਟੀਵਿਟੀ ਤਾਂ ਕਿ ਨਹੀਂ ਮਿਲੀ ਸੀ ਵੀ ਤੁਸੀਂ ਇੰਨੇ ਬੰਦੇ ਆਏ ਪਰ ਕੀ ਕਰ ਸਕਦੇ ਹੋ ਇਹ ਇਹ ਉਸ ਦੇ ਵਿੱਚ ਇਹਨਾਂ ਦੀ ਅੱਖਾਂ ਚ ਲੱਗ ਗਈਆਂ ਇਹਨਾਂ ਨੇ ਪੇਪਰ ਦੀ ਕਰ ਦੋ ਨੰਬਰ ਦਾ ਪੇਪਰ ਕਰ ਮਰਜੀ ਦੇ ਕੁਐਸਚਨ ਪਾ ਇਹੋ ਜੇ ਸਵਾਲ ਪਾ ਜੋ ਮਰਜੀ ਔਰ ਇਹਨਾਂ ਦਾ ਵਾਈਸ ਚਾਂਸਰ ਕਹਿੰਦਾ ਹੈ ਆ ਤੁਹਾਡੇ ਪਟਿਆਲੇ ਦੀ ਯੂਨੀਵਰਸਿਟੀ ਦੀ ਤਾਂ ਮੈਂ ਕੀ ਕਰਾਂ ਜੇ ਪੇਪਰ ਦੀ ਕਰਤਾ ਪ੍ਰੋਫੈਸਰਾਂ ਨੇ ਉਹਨਾਂ ਨੂੰ ਕੁਝ ਵੀ ਫਿਰ ਤੂੰ ਬੈਠਾ ਕਦੇ ਵਾਸਤੇ ਆ ਜੇ ਤੇ ਤੇ ਰਹੀ ਵੀ ਹੋਣਾ ਫੇ ਤਾਂ ਹਰੇਕੀ ਕਰੂਗਾ ਫੇ ਤਾਂ ਕੋਈ ਖਾਸ ਗੱਲ ਨਹੀਂ ਨਾ ਐਟਾ ਕਹਿਣਾ ਮੈਂ ਕੀ ਕਰਾਂ ਕੱਲ ਨੂੰ ਕੋਈ ਬਿਜਲੀ ਵਾਲਾ ਕਹਿ ਦੂਗਾ ਵੀ ਮੈਂ ਕੀ ਕਰਾਂ ਜੇ ਉੱਥੇ ਤੁਹਾਡੇ ਪੜਾਕੇ ਪਈ ਜਾਂਦੇ ਨੇ ਹੁਣ ਮੈਂ ਜੇਹੀ ਨੂੰ ਥੋੜਾ ਕੁਝ ਕਹਿ ਦੇਣਾ ਫੇ ਤਾਂ ਕੁਝ ਵੀ ਕਹਿ ਜਾ ਸਕਦਾ ਮੈਂ ਹਸਪਤਾਲ ਤੇ ਬੈਠ ਕੇ ਕਹਿੰਦਾ ਮੈਂ ਕੀ ਕਰਾਂ ਜੇ ਤੁਹਾਡੇ ਪੱਟੀ ਨਹੀਂ ਹੁੰਦੀ ਫੇ ਮੈਂ ਬੈਠਾ ਕਦੇ ਵਾਸਤੇ ਆ ਮੈਂ ਯੂਨੀਵਰਸਿਟੀ ਚ ਵੀ ਰਹਾਂ ਮੈਂ ਕਿਉਂਕਿ ਨਾ ਕਿਉਂਕਿ ਮੈਂ ਯੂਨੀਵਰਸਿਟੀ ਚ ਵੀ ਰਹਾਂ ਮੈਂ ਕਹਿਣਾ ਵੀ ਕਰਕੇ ਦਿਖਾਓ ਲੈ ਕੇ ਪੇਪਰ ਬੱਚੇ ਨੂੰ ਕਰਕੇ ਈਵਨ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲ ਜਿਹੜੇ ਬਹਾਨੇ ਨਾਲ ਵੀ ਸਾਡੀ ਫੀਸ ਨਹੀਂ ਜਿੱਦਦੀ ਨਰਸਿੰਗ ਕਾਲਜ ਵਗੈਰਾ ਵੀ ਤੁਸੀਂ ਐਂ ਕਰੋ ਇਹਦਾ ਰੋਲ ਨੰਬਰ ਰੋਕੇ ਦਿਖਾਓ ਫੀਸ ਨਹੀਂ ਜਿੱਦੀ ਫੀਸ ਸਭ ਕਰਾ ਚੱਕ ਲੈ ਇਹ ਥੋੜਾ ਇਹਦਾ ਇੰਧਿਆਨ ਨਹੀਂ ਦੇਂਦੇ ਨਾ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਦ ਤੁਸੀਂ ਕਰਨਾ ਕੁਝ ਨਹੀਂ ਗੱਲਾਂ ਮਾਰਨੀਆਂ ਨੇ ਫਿਰ ਜੋ ਮਰਜ਼ੀ ਮਾਰੀ ਜਾ ਸੋ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਸਰਕਾਰ 'ਚ ਨਹੀਂ ਹੈ ਇਹ ਸੱਚ ਹੈ ਕਿ ਉਹ ਵਿਸ਼ਵਾਸ ਜਗਾਨ ਦੀ ਵੀ ਕੋਸ਼ਿਸ਼ ਨਹੀਂ ਕਰਦੀ ਸਰਕਾਰ ਐਲਾਨ ਕਰ ਰਹੀ ਹੈ ਕੰਮ ਵੀ ਕਰ ਰਹੀ ਹੈ ਅਬ ਜਿਵੇਂ ਉਹਨਾਂ ਕੁਝ ਕੰਮ ਕਰੇ ਵੀ ਨੇ ਐ ਨਹੀਂ ਆ ਵੀ ਕੁਝ ਨਹੀਂ ਕਰਿਆ ਜਿਹੜੇ ਇਹ ਕਹਿੰਦੇ ਨੇ ਵੀ ਇਹਨੇ ਕੁਝ ਨਹੀਂ ਕਰਿਆ ਪਹਿਲੇ ਤਾਂ ਆ ਕੇ ਹੌਨਸਰ ਚੁੱਪੀ ਕਰ ਜਾਂਦੇ ਸੀ ਪਹਿਲਾਂ ਤਾਂ ਵਿੱਤ ਮੰਤਰੀ ਇਹੀ ਕਹਿੰਦੇ ਸਾਰੇ ਤਾਂ ਖਜ਼ਾਨਾ ਖਾਦੀ ਆ ਇਹਨੇ ਕੋਟੋਟੇ ਇਹ ਰੱਟ ਤਾਂ ਨਹੀਂ ਲਾਈ ਆ ਕੇ ਇਸ ਵਿੱਤ ਮੰਤਰੀ ਨੇ ਸੋ ਇਸ ਕਰਕੇ ਆਪਾਂ ਇਹਨੂੰ ਬੈਲੈਂਸਡ ਇਹਨੂੰ ਸੰਤੁਲਿਤ ਤਰੀਕੇ ਨਾਲ ਦੇਖੀਏ ਤਾਂ ਨੌਜਵਾਨਾਂ ਦਾ ਇਹ ਕਹਿਣਾ ਜਾਇਜ਼ ਹੈ ਹੁਣ ਜਦੋਂ ਬੇਰੋਜ਼ਗਾਰੀ ਜਦੋਂ ਆਉਂਦੀ ਹੈ ਹੈ ਨੀ ਜਦੋਂ ਮੈਂ ਕਿਹਾ ਜਦੋਂ ਬੇਰੋਜ਼ਗਾਰੀ ਦੀ ਗੱਲ ਆਉਂਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਆਇਤ ਸੈਂਟਰਾਂ ਦੀ ਗੱਲ ਕਰਦੇ ਨੇ ਫਿਰ ਉਧਰਲੇ ਪਾਸੇ ਤੁਰਦੇ ਕਿਉਂ ਨਹੀਂ ਉਸ ਪਾਸੇ ਮਤਲਬ ਕਿ ਜਾਂ ਤਾਂ ਉਹਨਾਂ ਉੱਤੇ ਵੀ ਕਾਰਵਾਈ ਹੋਵੇ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਲਈ ਕਾਰਪੋਰੇਟ ਜ਼ਰੂਰੀ ਹੈ ਉਹਦੇ ਪਾਸ ਉਹਦੇ ਵਾਲੇ ਪਾਸੇ ਤੁਰਿਆ ਜਾਵੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਜਾਣ ਜਿਵੇਂ ਹੁਣ ਸਲਾਹ ਮੰਗੀ ਗਈ ਹੈ ਕਿ ਬਜਟ ਦੇ ਵਿੱਚ ਅਸੀਂ ਕੀ ਕਿਵੇਂ ਰੱਖੀਏ ਤੁਸੀਂ ਜੇ ਬਿਜ਼ਨਸ ਕਰਦੇ ਹੋ ਸਾਨੂੰ ਦੱਸੋ ਤੁਹਾਨੂੰ ਕੀ ਚਾਹੀਦਾ ਇਸ ਤਰ੍ਹਾਂ ਰਾਹ ਖੋਲੇ ਜਾਣ ਹੋਰ ਵੀ ਪਹਿਲਾਂ ਤਾਂ ਇਹ ਪ੍ਰੇਖਿਆ ਵੀ ਕਾਰਪੋਰੇਟਾਂ 'ਚ ਜੋਬ ਮਿਲਦੇ ਨੇ ਕਾਰਪੋਰੇਟਾਂ 'ਚ ਜੋਬ ਖਤਮ ਹੁੰਦੇ ਨੇ ਬਨਾਰਟੀ ਬੁੱਧੀ ਲੱਗੇ ਹੁੰਦੇ ਨੇ ਉਹ ਆ ਸਾਈਲੋ ਖੁੱਲਿਆ ਹੋਇਆ ਅਮਾਨ ਅਡਾਨੀ ਦਾ ਕਿੰਨੇ ਕ ਜੋਬ ਨੇ ਉਸ 'ਤੇ ਕਿੰਨੇ ਝਾਰੇ ਲੱਗੇ ਹੋਏ ਨੇ ਝਾਰਨ ਵਾਲੇ ਕਿੰਨੇ ਭਰਾਈ ਵਾਲੇ ਲੱਗੇ ਹੋਏ ਨੇ ਕਿੰਨੇ ਟੋਡਨ ਵਾਲੇ ਲੱਗੇ ਹੋਏ ਨੇ ਸੋ ਇਸ ਕਰਕੇ ਆਪਾਂ ਪ੍ਰੇਖਿਆ ਛੱਡਦੀ ਏ ਵੀ ਜੇ ਕਾਰਪੋਰੇਟ ਨਾਲ ਸਮਝੌਤੇ ਕਰਨਗੇ ਫਿਰ ਜੋਬ ਹੋ ਜਾਣਗੇ 20 ਲੱਖ ਨੌ ਜਾਣ ਪੰਜਾਬ ਦੇ ਵਿੱਚ ਬੇਰੁਜ਼ਗਾਰ ਇਹਨਾਂ ਨੇ ਆਪਦਾ ਪਿਛਲੇ 2017 ਵੇਲੇ ਕਿਹਾ ਸੀ ਉਦੋਂ ਪਾਵਰ ਚ ਨਹੀਂ ਐ ਹੁਣ ਆ ਗਏ 5 ਸਾਲ ਤੱਕ ਚੈਰੀ ਕਰ ਲਈ ਨਹੀਂ ਹੋਣੀ ਚਾਹੀਦੀ ਐ ਇਹਨਾਂ ਨੇ ਕਿਹਾ ਸੀ 20 ਲੱਖ ਜੋਬ ਦੇਵਾਂਗੇ ਕੈਪਟਨ ਨੇ ਕਿਹਾ ਸੀ ਜੋਬ ਮੀਨ ਕੰਮ ਐ ਨਹੀਂ ਆ ਵੀ ਨੌਕਰੀਆਂ ਦੇਵਾਂਗੇ ਕੈਪਟਨ ਨੇ ਕਿਹਾ ਸੀ ਮੈਂ ਘਰ ਘੜ ਦੇਵਾਂਗਾ ਅਕਲੀਆਂ ਨੇ ਕਿਹਾ ਸੀ 25 ਲੱਖ ਇਹਨਾਂ ਨੇ ਕਿਹਾ ਸੀ 20 ਲੱਖ ਹਾਲਾਂਕਿ ਇਹਨਾਂ ਦੇ ਬਣਾਰੇ ਜਦ ਵੀ ਜਾਂਦੇ ਸੀ ਟੀਵੀ 'ਚ ਉਹ ਕਹਿੰਦੇ 20 ਲੱਖ ਨੌਕਰੀਆਂ ਕਿਹਾ ਸੀ ਨੌਕਰੀਆਂ ਨਹੀਂ ਕਿਹਾ ਸੀ ਨਾ ਸੌਰੀ 56 ਲੱਖ ਉਹਨਾਂ ਕਹਿੰਦੇ 56 ਲੱਖ ਰੁਜ਼ਗਾਰ ਦੇਵਾਂਗੇ ਰੁਜ਼ਗਾਰ ਹਰ ਨੌਕਰੀ ਨਹੀਂ ਹੁੰਦੀ ਪਰ ਇਹਨਾਂ ਨੇ ਤਾਂ 20 ਲੱਖ ਕਿਹਾ ਸੀ ਨਾ ਇਹ ਮੰਨ ਲੋ ਰੋਜ਼ਗਾਰ ਹੀ ਦੇਣ ਇਹ 20 ਲੱਖ ਪੈਸਾ ਕਰ ਦੇਣ 5 ਸਾਲ ਹੋ ਗਏ ਇਹ ਵਾਅਦਾ ਕਰਨ ਨੂੰ ਤਾਂ ਉਹਨੂੰ ਪੂਰਾ ਕਰ ਦੇਣ ਉਹਨੂੰ ਸੋਚ ਲਾਂ ਵੀ ਕਿਵੇਂ ਕਰਨਾ 20 ਲੱਖੀ ਨਾ ਹੋ ਜਾਣ ਬੇਰਜ਼ਗਾਰ ਜਿੱਦਾਂ 20 ਲੱਖ ਨੂੰ ਪੰਜਾਬ ਚ ਰੋਜ਼ਗਾਰ ਮਿਲ ਗਿਆ ਲੋਕ ਬਾਹਰ ਪੱਜ ਨੂੰ ਹੱਟੀ ਜਾਣਗੇ ਕਹਿਣ ਜੀ ਲੋੜ ਨਹੀਂ ਐ ਵੀ ਆਈ ਲੈਟ ਬੰਦ ਕਰ ਦਿਓ ਜੀ ਜਾਓ ਨਾ ਕੋਈ ਲੋੜ ਨਹੀਂ ਹੁੰਦੀ ਮੈਂ ਕਿਉਂ ਕਹਣਾ ਇਹ ਇਹ ਵੀ ਮੇਰਾ ਇੱਕ ਤਜਰਬੇ ਦੇ ਵਿੱਚ ਆਉਂਦਾ ਹਾਂ ਮੈਂ ਇੱਕ ਡਿਸਪੈਂਸਰੀ ਚ ਮੈਨੂੰ ਦਾਤਾ ਸਰਕਾਰ ਨੇ ਸ਼ੁਰੂ ਚ ਤੇ ਉਹ ਡਿਸਪੈਂਸਰੀ ਬੜੀ ਰਿਮੋਟ ਖਾਲੇ ਹਾਨੀ ਦੀ ਬਾਰਡਰ ਤੇ ਸੀ ਉਥੇ ਆਲੇ-ਦਾਲੇ 15-20 ਪਿੰਨਾਂ ਚ ਡਿਸੈਂਸੀ ਕੋਈ ਹੈ ਨਹੀਂ ਸੀ ਉਸ ਪਿੰਡ ਚ ਵੱਡਾ ਪਿੰਡ ਸੀ 20-15-20 ਪ੍ਰਾਈਵੇਟ ਪ੍ਰੈਕਟਿਸ਼ਨਰ ਸੀਗੇ ਡਿਸਪੈਂਸਰੀ ਉਜਾੜ ਪਈ ਸੀ ਡਿਸੈਂਸਾ ਪਹਿਲਾਂ ਤੋਂ ਜੰਬੀ ਸੀ ਆਪਦੇ ਵੱਲੋਂ ਤੱਕ ਬਿਲਕੁਲ ਪੁਰਲੀ ਉੱਗੀ ਹੋਈ ਹਾਂ ਚੌੜੀ ਵੱਡੀ ਡਿਸਪੈਂਸਰੀ ਤੇ ਮੈਨੂੰ ਕਿਸੇ ਨੇ ਆਖਿਆ ਵੀ ਤੁਸੀਂ ਕੀ ਕਰੋਗੇ ਇਹਨਾਂ ਨੂੰ ਇਹਨਾਂ ਤੇ ਧੱਕਾ ਕਰੋਗੇ ਜਿਹੜੇ ਪ੍ਰਾਈਵੇਟ ਹਨ ਮੈਂ ਧੱਕਾ ਕਰ ਕੀ ਕੀ ਡਣਾ ਨਾਲ ਮੈਂ ਧੱਕਾ ਕਰਨ ਵਾਲਾ ਹਾਂ ਕੌਣ ਮੇਰੇ ਕੋਲ ਤਾਂ ਕੋਈ ਪਾਵਰ ਹੀ ਨਹੀਂ ਹੈ ਤੱਕਾ ਕਰਨਾ ਹੋਰ ਗੱਲ ਹੁੰਦੀ ਆ ਪਾਵਰ ਹੋਣਾ ਹੋਰ ਗੱਲ ਹੁੰਦੀ ਆ ਤੇ ਕਹਿੰਦੇ ਫਿਰ ਕੀ ਕਰੋਗੇ ਮੈਂ ਕਿਹਾ ਮੈਂ ਮਰੀਜ਼ ਦੇਖਣਾ ਸ਼ੁਰੂ ਕਰਦੇ ਨੇ ਜਿਹਨੂੰ ਲੋੜ ਹੋ ਮੇਰੇ ਕੋਲ ਆਊਗਾ 200 ਮਰੀਜ਼ ਰੋਜ਼ ਆਉਣ ਲੱਗਿਆ ਮੈਂ ਲੈਂਪ ਲਾ ਕੇ ਗਰਮੀ ਚ ਜੂਨ ਦੇ ਮਹੀਨੇ ਚ ਉਦੋਂ ਮੁੜਕਾ ਚੂਣਾ ਬਿਜਲੀ ਤਾਂ ਹੈ ਹੀ ਨਹੀਂ ਸੀ ਉੱਥੇ ਮੈਂ ਲੈਂਪ ਧਾ ਕੇ ਮਰੀਜ਼ ਦੇਖਦਾ ਸੀ ਸਾਰੇ ਪ੍ਰਾਈਵੇਟ ਪ੍ਰੈਕਟਿਸ਼ਨ ਆਪੀ ਪੱਜ ਗਏ ਮੈਨੂੰ ਪ੍ਰਚਾਰ ਕਰਨ ਦੀ ਕੀ ਲੋੜ ਆ ਵੀ ਮੈਂ ਆ ਗਿਆ ਜੀ ਮੈਂ ਹੁਣ ਐਮਬੀਬੀਸ ਕਢੀ ਹੋਈ ਹੈ ਜੀ ਮੈਂ ਹੁਣ ਬੜਾ ਮਹਾਰਾਜ ਜੀ ਮੈਂ ਹੁਣ ਤੁਹਾਡਾ ਇਲਾਜ ਕਰੂੰਗਾ ਜੀ ਮੈਨੂੰ ਇਸ਼ਤਿਹਾਰ ਲਾਉਣ ਦੀ ਕੀ ਲੋੜ ਆ ਜਦ ਮੇਰਾ ਕੰਮ ਹੋ ਗਿਆ ਲੋਕ ਆਪ ਹੀ ਮੈਨੂੰ ਘੜਾਉਣਗੇ ਸੋ ਇਹ ਜਿਹੜੀ ਗੱਲ ਸਮਝਣ ਦੀ ਕੀ ਲੋੜ ਐ ਵੀ ਜਦ ਤੱਕ ਤੁਸੀਂ ਇਹ ਨਹੀਂ ਕਰਦੇ ਔਰ ਉਹਦਾ ਨਤੀਜਾ ਇਹ ਨਿਕਲਿਆ ਸੀ ਇਹ ਤਾਂ ਹੁਣ ਇਹ ਪ੍ਰਚਾਰ ਕਰਕੇ ਕਹਿੰਦੇ ਨੇ ਸੱਚੀ ਮੁੱਚੀ ਲੋਕ ਘਰੋਂ ਰੁਟ ਕਿਉਂਕਿ ਮੈਂ ਤਾਂ ਕੱਲਾ ਸੀ ਉੱਥੇ ਰੋਟੀ ਬਣਾ ਕੇ ਰਹਿਉਣੀ ਸਵੇਰੇ ਆ ਕੇ ਮੇਰੇ ਸਹਾਰੇ ਖੜਾ ਰਹਿਣਾ ਮਰੀਜ਼ ਦੇਖਦੇ ਦੇ ਭਾਜੀ ਰੋਟੀ ਖਾ ਲਓ ਭਾਜੀ ਕਹਿੰਦੇ ਸੀ ਭਾਜੀ ਰੋਟੀ ਖਾ ਲਓ ਭਾਈ ਜੀ ਰੋਟੀ ਖਾ ਲਓ ਠੰਡੇ ਹੋ ਜੂ ਉਹਨਾਂ ਪਤਾ ਜਿੰਦਾ ਨਹੀਂ ਦੇਖੀ ਜਾਂਦੇ ਨੇ ਮਰੀਦ ਸੋ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਡੇ ਤੇ ਜਾਣਦੇ ਨੂੰ ਚਾਰ ਹੋ ਜਾਂਦੇ ਨੇ ਯਾਰ ਮੈਨੂੰ ਤਾਂ ਕੋਈ ਜਾਣਦਾ ਨਹੀਂ ਸੀ ਨਾ ਮੈਂ ਉਸ ਏਰੀਆ ਦਾ ਰਹਿਣ ਵਾਲਾ ਨਾ ਮੈਂ ਉੱਥੇ ਪੜਿਆ ਨਾ ਮੈਂ ਕਦੇ ਗਿਆ ਮੈਂ ਤਾਂ ਕਿ ਨਾ ਸੋ ਜਦ ਤੁਸੀਂ ਕਿਤੇ ਵੀ ਕੰਮ ਕਰਨਾ ਤੁਸੀਂ ਲੋਕਾਂ ਨੂੰ ਕੰਮ ਕਰ ਬੱਕ ਨੂੰ ਆਪੇ ਦੇਖੀ ਜਾਂਦਾ ਵਿਰੋਧੀ ਜਿੰਨਾ ਮਰਜ਼ੀ ਬੋਲ ਲੈਣ ਤੁਹਾਡੇ ਖਾਤੇ ਸਾਡੇ ਖਿਲਾਫ ਬੁਰੰਦੀ ਨਹੀਂ ਬੋਲਦੇ ਸੀ ਸਾਡੇ ਖਿਲਾਫ ਉਹ ਜਿਹੜੇ ਪ੍ਰਾਈਵੇਟ ਪ੍ਰੈਕਟੀਸ਼ਨਰ ਸੀ ਉਹ ਪ੍ਰਚਾਰ ਨਹੀਂ ਕਰਦੇ ਉਹਨੇ ਕਰਦੇ ਨੇ ਗੋਨਾਂ ਦੇ ਸਾਥ ਰਜਦੀਆ ਪਰ ਨਹੀਂ ਜਲਦੀ ਜਾਂਦਾ ਸਾਰਾ ਉਹਦੇ ਵਿੱਚ ਜਦ ਤੁਸੀਂ ਇਹ ਫੈਸਲਾ ਕਰ ਲੋ ਕਿ ਆਪਾਂ ਨੇ ਕੰਮ ਠੀਕ ਕਰਨਾ ਹੈ ਤੇ ਕੰਮ ਇਸ ਤਰੀਕੇ ਨਾਲ ਕਰਨਾ ਤੁਹਾਨੂੰ ਰਾਏਆਂ ਦੇ ਨਾਲ ਆ ਜਾਂਦੇ ਨੇ ਤੁਹਾਨੂੰ ਲੱਗਦੀ ਵੀ ਉਹ ਠੀਕ ਹੈ ਉਹਦੇ ਵਿੱਚ ਵੀ ਇਹ ਦੱਸਣਾ ਕਿਉਂ ਕਹਿਣਾ ਇਹਨਾਂ ਵਾਰੀ ਮਲੇਰੀਆ ਬਹੁਤ ਫਾਇਦਾ ਹੋਇਆ ਸੀ ਮੈਨੂੰ ਉੱਥੇ ਸਰਜੂਰਗੜ ਜਾਣਾ ਪੈਂਦਾ ਸੀ ਉਹਨਾਂ ਨੂੰ ਲੋਕਾਂ ਨੂੰ ਉਹ ਜਾਨ ਜਾਨ ਦਾ ਕਿਰਾਇਆ ਹੀ ਸ਼ਾਇਦ ਕਿਰਪਿਆ ਲੱਗਦਾ ਸੀ ਕਿ ਬਾਹਰ ਆਣ ਨੇ ਉਹ ਕਹਿੰਦੇ ਜੀ ਇੱਥੇ ਲਿਆ ਕੇ ਰੱਖ ਦਿਓ ਬਾਹਰ ਆਣਿਆਂ ਦੀਆਂ ਗੋਲੀਆਂ ਹੁੰਦੀਆਂ ਨੇ ਤੇ ਉਹ ਐਵੇਂ ਵਿਚਾਰੇ ਲੋਕ ਕਿਰਾਇਆ ਵੀ ਲਾਉਂਦੇ ਨੇ ਦੋ ਦਿਨ ਬਿੱਲੀਆਂ ਨਹੀਂ ਫਲਾਣਾ ਨਹੀਂ ਮੈਂ ਕਿਹਾ ਨਹੀਂ ਆਪਾਂ ਨਹੀਂ ਮੰਗਾਨੀਆਂ ਮੈਨੂੰ ਮੇਰਾ ਫਾਰਮਾਸਿਸਟ ਵੀ ਬੜਾ ਸ਼ਰੀਫ ਚਾ ਸੀ ਨੌਜਵਾਨ ਇਕੱਠੇ ਹੋ ਕੇ ਕਹਿੰਦੇ ਜੀ ਕਿਉਂ ਨਹੀਂ ਕਰਨਾ ਮੈਂ ਕਿਹਾ ਲੋਕਾਂ ਨੇ ਕਹਿਣਾ ਵੀ ਹਸਪਤਾਲ ਚ ਆਉਂਦੀਆਂ ਹੋਣੀਆਂ ਨੇ ਵੇਚਦਾ ਆਪਾਂ ਕਿਹਨੂੰ ਕਿਹਨੂੰ ਸਮਝਾਵਾਂਗੇ ਕਹਿੰਦੇ ਫੇਰ ਕੁਝ ਨਹੀਂ ਕਰਨਾ ਮੈਂ ਕਿਹਾ ਕਰਿਆ ਜਾ ਸਕਦਾ ਤੁਸੀਂ ਨੌਜਵਾਨੋ ਕਰ ਲਓ ਕਹਿੰਦੇ ਕੀ ਕਰੀਏ ਮੈਂ ਕਿਸੇ ਪਿੰਡ ਦੇ ਦੁਕਾਨਦਾਰ ਨੂੰ ਕਹੋ ਵੀ ਉਹਦੇ ਆ ਕੇ ਗੋਲੀਆਂ ਰੱਖ ਲੈ ਕਹਿੰਦਾ ਜੋ ਰੱਖ ਸਕਦਾ ਮੈਂ ਮੇਰੀ ਜ਼ਿੰਮੇਵਾਰੀ ਉਹ ਗੋਲੀਆਂ ਲਿਆ ਕੇ ਰੱਖੇ ਉਹਨੂੰ ਗੋਲੀਆਂ ਰੱਖਣ ਕਰਕੇ ਮੁਨਾਫਾ ਲਵੇ ਨਾ ਆਪਦੇ ਬਾਹਰਾਂ ਨੇ ਨਹੀਂ ਆਉਂਦੀਆਂ ਨੇ ਉਹ 14 ਨੰਨੀਆਂ ਵੇਚਦਾ ਕਰੇ ਕੋਈ ਵਿਚੋ ਟੁੱਟ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਇੱਕ ਅੱਧੇ ਨੂੰ ਮੁਫਤ ਦੇ ਰਿਆ ਕਰੇ ਜਿਹੜਾ ਬਹੁਤੇ ਗਰੀਬ ਹੋਊਗਾ ਤੇ ਇਹ ਮੇਰੀ ਜ਼ਿੰਮੇਵਾਰੀ ਉਹਨੂੰ ਗੋਲੀਆਂ ਵਾਸਤੇ ਕੋਈ ਨਹੀਂ ਕੁਝ ਕਹੇਗਾ ਕਲੋਰ ਗੰਦੀਆਂ ਗੋਲੀਆਂ ਰੱਖਣ ਵਾਸਤੇ ਤੇ ਉਹ ਨਹੀਂ ਲਿਆ ਕੇ ਰੱਖਣੀਆਂ ਉਹ ਕਹਿੰਦਾ ਜੀ ਮੈਂ ਤਾਂ 14 ਨੰਨੀਆਂ ਲੈਣੇ ਮੈਂ ਤਾਂ 12 ਨੰਨੀਆਂ ਚ ਵੇਚਦਾ ਕਰੂੰ ਮੈਂ ਸਮਝੋ ਪੁੱਣ ਹੋ ਗਿਆ ਜਿਹੜੀਆਂ ਬਾਕੀ ਖਰਾਬ ਹੋ ਗਈਆਂ ਜਾਂ ਤੁਸੀਂ ਕਿਸੇ ਨੂੰ ਕਹਿੰਦਾ ਇਹਨੂੰ ਮੁਫਤ ਦੇ ਦਿਓ ਉਹਨੂੰ ਮੁਫਤ ਹੀ ਦੋਂਗਾ ਲੋਕ ਹੁੰਦੇ ਨੇ ਡੋਗ ਸੇ ਸਾਡੀ ਤੇ ਦੋ ਛਲਾਈ ਨਹੀਂ ਸਕਦੇ ਅਸੀਂ ਜਿੰਨਾ ਮਰਜੀ ਕਿਸੇ ਨੂੰ ਕਰੀਏ ਥੋੜਾ ਲੋਕਾਂ ਦਾ ਅਸੀਂ ਜਵਾਨ ਫੜ ਲਾਂਗੇ ਪਰ ਤੁਸੀਂ ਕੰਮ ਹੀ ਉਹ ਜਿਹਾ ਕਰੋ ਇਸੇ ਨੂੰ ਕਹਿੰਦੇ ਨੇ ਕਨਫਲਿਕਟ ਆਫ ਇੰਟਰਸਟ ਦੇ ਤੁਹਾਡਾ ਹਿੱਤਾਂ ਦਾ ਟਕਰਾਅ ਹੋ ਜਾਂਦਾ ਜਦ ਤੁਸੀਂ ਬਾਜ਼ਾਰ ਚੋਂ ਲਿਆ ਕੇ ਚਾਹ ਅੱਧੇ ਰੇਟ ਤੇ ਵੀ ਦਿਨੋ ਹਿੱਤਾਂ ਦਾ ਟਕਰਾਅ ਹੈ ਕਿਉਂਕਿ ਤੁਸੀਂ ਵੇਚ ਰਹੇ ਹੋ ਗੋਲੀਆਂ ਸੋ ਇਹ ਹਿੱਤਾਂ ਦੇ ਟਕਰਾਅ ਤੇ ਸਰਕਾਰ ਪਾਊਗੀ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕੋਈ ਕਹੋਗਾ ਨਹੀਂ ਇਹ ਤਾਂ ਬੜਾ ਪੁੰਨਾ ਹੋ ਰਿਹਾ ਸੋ ਇਸ ਕਰਕੇ ਲੋਕਾਂ ਦੀ ਬੇਚੈਨੀ ਵੀ ਠੀਕ ਹੈ ਲੋਕਾਂ ਦਾ ਇਹ ਹੈ ਨਾ ਨੌਜਵਾਨਾਂ ਦਾ ਵੀ ਕੀ ਪੱਤੀ ਪਹਿਲੀ ਗੱਲ ਤਾਂ 25 ਹਜ਼ਾਰ 20 ਲੱਖ ਬੰਦਾ ਜੇ ਬੇਰੁਜ਼ਗਾਰ ਹੈ ਉਹ ਚ 25000 ਕਿੰਨਾ ਕੁ ਕਰ ਦੂਗਾ ਇਹ ਤਾਂ ਉੱਠ ਦੇ ਮੂੰਹ ਜੀਰਾ ਦੇਣ ਵਾਲੀ ਗੱਲ ਹੀ ਹੈ ਠੀਕ ਹੈ ਤੇ ਦੂਜੀ ਗੱਲ ਇਹ ਹੈ ਵੀ ਜਿਹੜੀਆਂ ਇਹ 25000 454 ਨੌਕਰੀਆਂ ਕੱਢੀਆਂ ਵੀ ਨੇ ਇਹਨਾਂ ਦੀ ਭਰਤੀ ਕਿੰਨੀ ਕੁ ਪਾਰਦਰਸ਼ੀ ਕਿੰਨੀ ਕੁ ਮੈਰਿਟ ਤੇ ਕਿੰਨੀ ਕੁ ਇਮਾਨਦਾਰੀ ਨਾਲ ਹੋਏਗੀ ਇਹ ਦਾ ਮਤਲਬ ਇਹ ਨਹੀਂ ਮੈਂ ਮੰਤਰੀ ਇਮਾਨਦਾਰ ਨਹੀਂ ਹੋਣੇ ਮંત્રી ਜੀ ਪ੍ਰਕਾਸ਼ ਸਿੰਘ ਵੀ ਬੜਾ ਇਮਾਨਦਾਰ ਸੀ ਕੋਰਟ ਚ ਕੇਸ ਹੋ ਜੇ ਪਏ ਨੇ ਅਜੇ ਤੱਕ ਕਿਸੇ ਨੂੰ ਰਾਤਾਂ ਨੂੰ ਜੁਆਇਨ ਕਰਾਤਾ ਉਹਨਾਂ ਨੇ ਰਾਤਾਂ ਨੂੰ ਜੁਆਇਨ ਕਰਾਈ ਸੀ ਤੁਹਾਨੂੰ ਪਤਾ ਹੀ ਹੋਣਾ ਰਾਤਾਂ ਨੂੰ ਕਿਉਂ ਜੁਆਇਨ ਕਰਾਉਣਾ ਤੇ ਇਹਦਾ ਮਤਲਬ ਕੋਈ ਠੱਗੀ ਸੀਗੀ ਨਹੀਂ ਤੁਹਾਨੂੰ ਕੀ ਲੋੜ ਹੈ ਤੁਸੀਂ ਭਰਤੀ ਕਰਤੀ ਤੁਸੀਂ ਠੀਕ ਕਰੀਆ ਕੋਰਟ ਚ ਕੇਸ ਆ ਕੋਰਟ ਨੂੰ ਕੱਢ ਲੋ ਕੇ ਸਾਹਮਣੇ ਤੁਸੀਂ ਰਾਤਾਂ ਨੂੰ ਭਰਤੀ ਕਰ ਜਿਓ ਧੱਕਾ ਕਰ ਦਿਓ ਝੂਠ ਬੋਲਦੇ ਹੋ ਕੋਰਟ ਕੋਲੇ ਇਹਦਾ ਮਤਲਬ ਜਿਹੜੇ ਇਹ ਕੁਝ ਕਰ ਰਹੇ ਸੀ ਉਹ ਉਹੀ ਉਹਨਾਂ ਦੇ ਅੱਜ ਵੀ ਉਹਨਾਂ ਦੇ ਅਸਰ ਹੈਗੇ ਨੇ ਉਹ ਜੀ ਸੋ ਇਸ ਕਰਕੇ ਆਪਾਂ ਨੂੰ ਨੌਜਾਨਾ ਨੇ ਜੋ ਕਿਹਾ ਉਹ ਠੀਕ ਹੈ ਪਰ ਇੰਨਾ ਬੇਚ ਐ ਨਹੀਂ ਹੋ ਜਾਣਾ ਇੱਕ ਪੋਜੀਟਿਵ ਹੈ ਇੰਨਾ ਗੱਲਾਂ ਚ ਜਿਹੜੀਆਂ ਪੋਸਟਾਂ ਐਡਵਰਟਾਈਜ਼ ਕਰੀਆਂ ਨੇ ਇੱਕ ਲੈਣ ਪੂਰਾ ਕਰਨਾ ਫਿਰ ਤੁਹਾਡੀ ਗੱਲ ਹੁੰਦਾ ਇਹੇ ਉਹਨਾਂ ਨੇ ਐ ਨਹੀਂ ਕਿਹਾ ਵੀ ਅਸੀਂ ਆਪੇ ਭਰਤੀ ਕਰਾਂਗੇ ਉਹ ਹੋਈ ਬੋਰਡ ਦੇ ਰਾਹੀਂ ਤੇ ਪਬਲਿਕ ਸਰਵਿਸ ਕਮਿਸ਼ਨ ਦੇ ਰਾਹੀਂ ਭਰਤੀ ਕਰਨ ਨੂੰ ਕਿਹਾ ਹੈ ਇਹ ਇੱਕ ਵਿਜੀਬਤ ਤਰੀਕਾ ਹੈ ਕੁਝ ਪੋਸਟਾਂ ਜਿਹੜੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰਦੇ ਨੇ ਵੈਸੇ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਪੋਸਟਾਂ ਭਰੀਆਂ ਦਾ ਬਹੁਤ ਵਾਰੀ ਰੌਲਾ ਪਿਆ ਇਹਦੇ ਉੱਤੇ ਇਹਨਾਂ ਨੂੰ ਚੇਤਨ ਰਹਿਣਾ ਪਊਗਾ ਕਿਉਂਕਿ ਉਸ ਯੂਨੀਵਰਸਿਟੀ ਦੇ ਉੱਤੇ ਇਹ ਪੋਸਟਾਂ ਦੇ ਬਾਰੇ ਉੱਥੇ ਕੈਂਸਰ ਦੇ ਪੈਸੇ ਬਾਰੇ ਜੋ ਕੁਝ ਉੱਥੇ ਹੋ ਰਿਹਾ ਹੈ ਉਹਦੇ ਉੱਤੇ ਲੋਕਾਂ ਦੇ ਬਹੁਤ ਵੱਡੇ ਵੱਡੇ ਸਵਾਲ ਨੇ ਜੀ ਡਾਕਟਰ ਸਾਹਿਬ ਇੱਕ ਇੱਕ ਨਜ਼ਰ ਸੀ ਕਾਰਪੋਰੇਟ ਦੀ ਗੱਲ ਜਿਵੇਂ ਲੋਕ ਕਹਿੰਦੇ ਨੇ ਲੋਕ ਕਹਿੰਦੇ ਸਰਕਾਰੀ ਅਫਸਰ ਜਿਹੜੇ ਕੰਮ ਕਰਦੇ ਬਾਬੂ ਸਾਹਿਬ ਇਸ ਕਰਕੇ ਲੋਕ ਅੱਕੇ ਕਹਿੰਦੇ ਨੇ ਕਿ ਇਹ ਦੂ ਚੰਗਾ ਤਾਂ ਸਾਰਾ ਕੁਝ ਪ੍ਰਾਈਵੇਟ ਹੋ ਜਾ ਜਿਵੇਂ ਆ ਪਟਵਾਰੀਆਂ ਤੇ ਕਾਨੂੰਗੋ ਵਾਲਾ ਰੌਲਾ ਪਿਆ ਹੋਇਆ ਕਾਫੀ ਜ਼ਿਆਦਾ ਸਰਕਾਰ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰ ਦੇਣਾ ਤੇ ਉਹ ਸਾਰੀਆਂ ਯੂਨੀਅਨਾਂ ਜਿਹੜੀਆਂ ਹੜਤਾਲ ਤੇ ਗਈਆਂ ਹੋਈਆਂ ਇਹ ਇਹਨਾਂ ਨੂੰ ਦੇਖ ਕੇ ਫਿਰ ਲੋਕਾਂ ਨੂੰ ਲੱਗਦਾ ਲੋਕ ਇਹ ਵੀ ਕਹਿੰਦੇ ਨੇ ਕਿ ਪਟਵਾਰੀਆਂ ਦੀਆਂ ਅਸਾਮੀਆਂ ਜਿਹੜੀਆਂ ਇਹਨਾਂ ਤੇ ਐਕਸ਼ਨ ਲਾਓ ਖਾਲੀ ਕਰੋ ਤੇ ਇੱਥੇ ਜਿਹੜੇ ਨਵੇਂ ਨੌਜਵਾਨ ਜਿਹੜੇ ਨੇ ਹੋਰ ਨਵੀਆਂ ਭਰਤੀਆਂ ਕੋਲ ਦਿਓ ਉਹਨਾਂ ਨੂੰ ਮੌਕਾ ਦਿਓ ਦੇਖੋ ਇਹ ਤਾਂ ਤੁਸੀਂ ਠੀਕ ਹੈ ਜਾਇ ਜੱਜੀ ਮੈਂ ਸਵੇਰੇ ਕਿਸੇ ਨਾਲ ਗੱਲ ਕਰ ਰਿਹਾ ਸੀ ਜਿਹੜਾ ਬੰਦਾ ਜਿਵੇਂ ਬਾਣੀਆਂ ਦਾ ਮੁੰਡਾ ਛੱਤ ਤੇ ਚੜ ਗਿਆ ਕਹੀ ਜਾਵੇ ਮੈਂ ਤੇ ਛਾਲ ਮਾਰੂ ਮੈਂ ਤੇ ਛਾਲ ਮਾਰੂ ਬਾਪਕੇ ਨਾ ਪੁੱਤ ਨਾ ਪੁੱਤ ਮੈਂ ਤੇ ਪੱਟਿਆ ਜਾਉਂ ਤੂੰ ਕੱਲਾ ਹੀ ਮੁੰਡਾ ਹੈ ਕੋਈ ਜੱਟ ਨੰਗੇ ਜਾਂਦਾ ਸੀ ਕਹਿੰਦਾ ਲਾਲਾ ਜੀ ਕੀ ਗੱਲ ਹੋ ਗਈ ਕਹਿੰਦਾ ਜੋ ਮੁੰਡਾ ਛਾਲ ਮਾਰਦਾ ਹੈ ਮੰਦਾ ਹੀ ਨਹੀਂ ਕਹਿੰਦਾ ਮੈਂ ਹਟਾਉਣਾ ਉਹ ਛੱਤ ਤੇ ਚੜ ਗਿਆ ਉਹਨੇ ਮੁੰਡੇ ਨੂੰ ਚੁੱਕਿਆ ਉਹ ਕਹਿੰਦਾ ਕੀ ਕਰਨ ਲੱਗਾ ਕਹਿੰਦਾ ਤੈਨੂੰ ਮੈਂ ਸੁਟਣ ਲੱਗਾ ਤੂੰ ਕਹਿੰਨੂੰ ਛਾਲ ਮਾਰਨੀ ਹੈ ਮਿਹਨਤ ਕਰੇਗਾ ਵੇ ਮੈਂ ਹੀ ਤੈਨੂੰ ਸੁਟ ਦਰਨਾ ਨਾ 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 ਮੈਂ ਕਹਿੰਦਾ ਮੈਂ ਤਾਂ ਬੱਪੁੰਡ ਰੋ ਨਹੀਂ ਜਿਹੜੇ ਇਹਨੇ ਨੋਟ ਬਣਾਉਂਦੇ ਪੋਰਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਕਾਨੂੰਗੋਆਂ ਨੂੰ ਇਹ ਕੁਝ ਨਹੀਂ ਕਹਿ ਸਕਦੇ ਫਿਰ ਇਹਨਾਂ ਨੇ ਕਿੱਥੋਂ ਸਰਕਾਰ ਚਲਾਉਣੀ ਐ ਪਹਿਲਾਂ ਗੁਰਦਾਸਪੁਰ 'ਚ ਇਹ ਹੀ ਕੁਝ ਹੋਇਆ ਫਿਰ ਲੰਬੀ 'ਚ ਕਿਸਾਨਾਂ ਦਾ ਜਿਹੜਾ ਧਰਨਾ ਸੀ ਤੇ ਮਲੋਟ ਦੇ ਉਹਨਾਂ ਨੇ ਉਹੀ ਕੁਝ ਕਰਿਆ ਵੀ ਸਾਡਾ ਘਰੋ ਕਰ ਰਿਹਾ ਜੀ ਡੀਸੀ ਨਾਲ ਰਲ ਗਿਆ ਕਿਉਂਕਿ ਪੈਸਾ ਹੁੰਦਾ ਚੋਰ ਤੇ ਚੌਕੀਦਾਰ ਵਾਲੇ ਹੋਏ ਨੇ ਹੁਣ ਆ ਸੰਗਰੂਰ ਵਾਲਿਆਂ ਨੇ ਵੀ ਹੜਤਾਲ ਕਰਤੀ ਜੀ ਅਸੀਂ ਤਾਂ ਰੋਜ਼ ਹੀ ਇੱਕ ਚਿੱਠੀ ਜੀ ਕਰਦੇ ਜਿੰਨੇ ਮਾਸਟਰ ਕਰ ਦਿੰਦੇ ਨਾ ਗੈਰ ਵਿੱਦਿਅਕ ਕੰਮ ਗੈਰ ਵਿੱਦਿਅਕ ਕੰਮ ਤੁਸੀਂ ਤਾਂ ਵਿੱਦਿਅਕ ਕੰਮ ਨਹੀਂ ਕਰਦੇ ਜਾਂ ਗੈਰ ਵਿੱਦਿਦ ਕਿਥੋਂ ਤੋਂ ਇਹਨੇ ਕਰ ਲੈਣਾ ਇਹਨੇ ਤੁਸੀਂ ਤੇ ਉਹ ਲਾਉਜੀ ਸਤੋਂ ਫਲਾਣੇ ਨੂੰ ਰੋਟੀ ਖਵਾਉਂਦੇ ਨੇ ਫਲਾਣੇ ਨੂੰ ਆਏ ਇਹ ਸਾਰੇ ਬਹਾਨੇ ਨੇ ਗਰਭ ਵਿਦੇ ਕੰਮ ਕਿ ਮਿਡਡੇ ਮੀ ਲੱਕ ਕੇ ਬੰਦ ਕਰੀ ਸੀ ਆ ਜਿਹੜੀ ਹੈਗੀ ਆ ਮੋਹਾਲੀ ਦੇ ਜਦ ਅਸੀਂ ਜਾਂਦੇ ਆ ਕਿਹੜਾ ਪਿੰਡ ਜਾਂਦਾ ਹੈ ਜਿੱਥੇ ਮੇਨ ਰੋਡ ਹੈ ਤੇ ਦਿਮਾਗ ਚੋਂ ਨਿਕਲ ਗਿਆ ਚਲ ਛੇਤੀ ਮੇਰੇ ਕਾਜ ਕਰਪੜ ਜਾਣਾ ਮੈਂ ਇਹ ਜੀ ਨਾਮ ਤੇ ਉੱਥੇ ਜਾ ਕੇ ਉਹ ਬੰਦ ਕਰੀ ਤੇ ਇਹਨਾਂ ਨੂੰ ਟੀਚਰਾਂ ਤੋਂ ਪੈਗੇ ਪਿਸੂ ਹੈ ਵੀ ਇਹ ਕਿਉਂਕਿ ਇੰਦਾ ਪੈਸਾ ਬਹੁਤ ਬੰਦ ਹੈ ਅਸੀਂ ਅਫਰੋਜ ਮੋਗੇ ਜ਼ਿਲ੍ਹੇ ਚ ਇੱਕ ਸਕੂਲ ਚ ਨੀਤੀ ਜੋਗ ਦੀ ਟੀਮ ਗਈ ਹੋਈ ਸੀ ਉੱਥੇ ਬੱਚੇ ਚਾਹ ਰਹੇ ਸੀ ਜੇ ਚੌਂਤੇ ਦੀ ਹਾਜ਼ਰੀ ਲਈ ਹੋਈ ਸੀ ਤੇ ਉਹ ਟੀਚਰਾਂ ਤਿੰਨ ਬੈਠੀਆਂ ਨੇ ਉਹ ਕਹਿੰਦੇ ਇਹ ਤਾਂ ਲਾਉਣੀ ਹੋਈ ਐ ਉਹਨੇ ਕਿਹਾ ਵੀ ਮਿਡਡੇ ਮੀਟ ਫਿਰ ਕਹਿੰਦੇ ਉਹ ਤਾਂ ਖਾਣਾ ਹੀ ਆ ਜਿਹੜੇ ਓਪਨ ਦੀ ਵੀਡੀਓ ਤੇ ਕੇਂਦਰ ਦੀ ਟੀਮ ਨੂੰ ਇਹ ਕਹਿ ਸਕਦੇ ਨਹੀਂ ਛਾਤੀ ਢੋਕ ਕੇ ਤੇ ਉਹ ਉਹ ਕੀ ਕਰਨਗੇ ਮਿਡਡੇ ਮੀਟ ਚ ਪੈਸਾ ਬਹੁਤ ਖਾਦਾ ਜਾਂਦਾ ਸਭ ਨੂੰ ਪਤਾ ਵੀ ਬਿਕਦਾ ਫਿਰ ਕਰ ਲੈ ਜਿਹੜਾ ਕੁਝ ਕਰਨਾ ਸੋ ਇਸ ਕਰਕੇ ਜਿਹੜੇ ਇਹ ਜਿਹੜਾ ਜਿਹੜਾ ਰੈਵਨਿਊ ਮੈਗਨ ਇਹਦੇ ਜਿੰਨਾ ਤਾਂ ਕ੍ਰਾਪਟ ਕੋਈ ਨਹੀਂ ਇੱਕ ਵਾਲੀ ਦੀ ਸਟੱਡੀ ਕਰ ਲੈਣਾ ਵੀ ਚੰਗਾ ਕੋਈ ਨਹੀਂ ਹੁਣ ਤੁਹਾਨੂੰ ਇਹੀ ਦੱਸਾਂਗੇ ਇਹ ਜਿਆ ਲੰਬੇ ਕਰਨ ਇਹਨਾਂ ਦਾ ਤਾਂ ਇਹ ਹਾਰ ਹੈ ਜੇ ਅੱਜ ਸਾਰੇ ਤਸੀਲਦਾਰਾਂ ਨੂੰ ਕਾਨੂੰਗਵਾ ਨੂੰ ਕਿ ਪਟਵਾਲੀਆਂ ਨੂੰ ਸਰਕਾਰ ਕਹਦੇ ਨਾ ਵੀ ਤਸੀਲਦਾਰਾਂ ਨੂੰ ਵੀ ਤੁਸੀਂ ਘਰੇ ਬੈਠੋ ਤੁਹਾਡੀ ਤਨਖਾਹ ਘਰੇ ਪਹੁੰਚਿਆ ਕਰੂਗੀ ਜਾਂ ਕਰਦੇ ਸਸਪੈਂਡ ਅਬਦੀ ਤਨਖਾਹ ਦੇਵਾਂਗੇ ਕਰ ਲੋ ਜਾਓ ਜੇ ਦਾ ਕੋਰਟ ਚ ਜਾਣਾ ਜਾਇਆ ਜੋ ਕਿ ਉਹ ਸਟੱਡੀ ਕਰਕੇ ਇਹ ਦਾਦੇ ਵੀ ਰਜਿਸਟਰੀਆਂ ਐ ਕਰਾਂਗੇ ਸੌਖੀਆਂ ਹੋ ਸਕਦੀਆਂ ਨੇ ਪੈਸਾ ਬੰਦ ਹੋ ਸਕਦਾ ਹੈ ਪਰ ਉਹਦੇ ਵਿੱਚ ਕੁਝ ਰੂਲ ਨੇ ਪਹਿਨਾ ਰੂਲ ਨਹੀਂ ਸਟੱਡੀ ਕਰਦੇ ਇਹ ਪਲਾਟ ਰੋਟਾ ਮਾਰਦੇ ਨੇ ਉਹਦੇ ਵਿੱਚ ਵੈਲਿਊਏਸ਼ਨ ਦੇ ਰੂਲ ਨੇ ਤੁਸੀਂ ਵੈਲਿਊਏਸ਼ਨ ਤੇ ਕਰ ਦੋ ਉਹਦੇ ਜਗ੍ਹਾ ਇੱਕ ਰੂਲ ਇਹ ਵੀ ਹੈ ਪਹਿਲਾਂ ਤਾਂ ਤੁਸੀਂ ਜ਼ਾਇਦਾਦਾਂ ਦੇ ਜਿਹੜੇ ਰੇਟ ਤੈਅ ਨੇ ਹਰੇਕ ਦੇ ਕਰ ਦੋ ਪਿੰਡ ਦੀ ਸ਼ਹਿਰ ਦੀ ਵੈਧਾ ਰੇਟ ਇੱਕੋ ਘੱਟ ਰਜਿਸਟਰੀ ਨਹੀਂ ਹੋਣੀ ਦੂਜਾ ਜੇ ਤੁਹਾਨੂੰ ਲੱਗਦਾ ਵੀ ਬਾਜ਼ਾਰ 'ਚ ਰੇਟ ਵੱਧ ਹੈ ਇਹ ਘੱਟ ਕਰਾਉਣ ਉਹਨੂੰ ਕਹੋ ਕੋਈ ਨਹੀਂ ਸਰਕਾਰ ਦੇ ਨਾਂ ਤੇ ਰਜਿਸਟਰੀ ਕਰ ਦਿੰਦੇ ਐਨੇ ਪੈਸੇ ਜ਼ਿਆਦਾ ਜਾ ਤੂੰ ਤੇ ਅਗਲਾ ਆਪੇ ਆਉਗੇ ਦੋ ਨੰਬਰ ਦਾ ਪੈਸਾ ਐਥੇ ਚੰਡੀਗੜ੍ਹ 'ਚ ਕੋਠੀਆਂ ਵੀ ਖਰੀਆਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਵੀ ਬੰਦਾ ਪੂਰੇ ਪੈਸੇ ਦੇ ਕੇ ਕੋਈ ਇੱਥੇ ਖਰੀਦਣਾ ਚਾਹੁੰਦਾ ਪ੍ਰਾਪਰਟੀ ਉਹਨੂੰ ਤਾਂ ਕੋਈ ਪ੍ਰਾਪਰਟੀ ਵੀ ਦੇਚਦਾ ਕਿਉਂਕਿ 2 ਨੰਬਰ ਦੇ ਵਿੱਚ ਜਿਹੜੀ 4 ਕਰੋੜ ਦੀ ਕੋਠੀ ਹੈ ਉਹ 2 ਕਰੋੜ ਜਾਂ 2 ਕਰੋੜ ਚੋਂ ਦੀ ਰਜਿਸਟਰੀ ਹੁੰਦੀ ਹੈ 1/2 ਕਰੋੜ ਚ ਤੇ ਜਿਹਨੇ ਕੋ ਜਿਹਨੇ ਲੈਣਾ ਕਰ ਜਾ ਉਹਨੂੰ ਤਾਂ ਕੋਈ ਜੰਦਾ ਨਹੀਂ ਕੋਈ ਕਹਿੰਦਾ ਜੀ ਮੈਂ ਤਾਂ ਪੂਰੇ ਪੈਸੇ ਦੇਣੇ ਸੋ ਇਸ ਕਰਕੇ ਆਪਾਂ ਇਹ ਭਲੇਖਾ ਛੱਡ ਦਈਏ ਇਹ ਪਰ ਇਹਦੇ ਉੱਤੇ ਜਿਹੜਾ ਇਹ ਕੰਮ ਕਰ ਨਹੀਂ ਸਕਦੇ ਉਹ ਤੇ ਅਜੇ ਤੱਕ ਤਾਂ ਕਰਿਆ ਨਹੀਂ ਕੱਲ ਨੂੰ ਕੀ ਹੁੰਦਾ ਮੈਂ ਨਹੀਂ ਕਹਿ ਸਕਦਾ ਅਜੇ ਤੱਕ ਉਹਨਾਂ ਨੂੰ ਸਿੱਧਾ ਪਹਿਲਾਂ ਤਾਂ ਉਹਨਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਰੈਵਨਿਊ ਜਿਹੜਾ ਕਮਿਸ਼ਨਰੋਂ ਕਰਜ਼ਾ ਕੀ ਹੈ ਵੜਾ ਕੇ ਕਹਿਣਾ ਬੰਦੇ ਬਨਜੋ ਫੇਰ ਨਾ ਆਖਿਓ ਇਹਨਾਂ ਨੇ ਇੱਕ ਪਟਵਾਲੀ ਫੜਾ ਇਹ ਜਿਹੜੇ 20 ਫੜੇ ਜਾ ਸਕਦੇ ਨੇ ਤਸੀਲਦਾਰਾਂ ਦੀ ਸਾਰਿਆਂ ਦੀ ਜਾਇਦਾਦ ਚੈੱਕ ਕਰਨੀ ਸ਼ੁਰੂ ਕਰ ਦਿਓ ਹੋਰ ਕੁਝ ਕੋਈ ਨਾ ਸਾਰੇ ਪਟਵਾਲੀਆਂ ਦੀ ਚੈੱਕ ਕਰ ਲਓ ਉਹਨੇ ਪਤਾ ਲੱਗ ਜਾਊ ਵੀ 10 ਬੱਚੂ ਆਇਆ ਕਿੱਥੋਂ ਆ ਜੇ ਨਾ ਬਾਪੂ ਕਹਿਣਾ ਸਵਾਲ ਹੀ ਹੈ ਵੀ ਤੁਸੀਂ ਤਾਂ ਉਹ ਇੱਕ ਜੂ ਵੀ ਐ ਕਰਤਾ ਫਰਾਨਾ ਕਰਤਾ ਐ ਨਹੀਂ ਹੈ ਤੁਸੀਂ ਜੇ ਚੈੱਕ ਕਰਨ ਲੱਗੋਗੇ ਉਦੋਂ ਇਹ ਆਵਾਜ਼ ਚਲੀ ਜਾਊ ਮੇਰਾ ਵੀ ਹੁਣ ਹਟਣਾ ਨਹੀਂ ਇਹਨਾਂ ਨੇ ਹੁਣ ਪੰਗਾ ਪੈ ਜਾਊਗਾ ਇਹ ਜਿਹੜੀਆਂ ਯੂਨੀਅਨਾਂ ਨੇ ਨਾ ਅੱਜ ਕੱਲ ਯੂਨੀਅਨਾਂ ਇਸ ਵਾਸਤੇ ਨਹੀਂ ਅੱਜ ਕੱਲ ਰਹੀਆਂ ਵੀ ਆਪਾਂ ਜਾਇਜ਼ ਕੰਮ ਕਰਨਾ ਹੈ ਆਪਾਂ ਨਜਾਇਜ਼ ਨਹੀਂ ਕਰਨਾ ਆਪਾਂ ਲੋਕਾਂ ਦੀ ਸੇਵਾ ਕਰਨੀ ਅੱਜ ਕੱਲ ਯੂਨੀਅਨਾਂ ਨੇ ਬਣ ਗਿਆ ਵੀ ਜੇ ਸਾਡੀ ਚੋਰੀ ਠੱਗੀ ਬੰਦ ਕਰੋਗੇ ਫਿਰ ਵਿੱਚ ਰੌਲਾ ਪਾਵਾਂਗੇ ਆ ਜਿਹੜੇ ਰੂਰਲ ਡਾਕਟਰ ਪੰਚਾਇਤ ਵਿਭਾਗ ਕੋਲ ਲੱਗੇ ਹੋਏ ਨੇ ਉਹ 80 ਲੱਖ ਰੁਪਏ ਪੰਚਾਇਤ ਵਿਭਾਗ ਉਹ ਨਾ ਤੋਂ ਰਿਛੋਟ ਲੈਂਦਾ। ਉਹ ਗੈਰਹਾਜ਼ਰ ਰਹਿੰਦੇ ਨੇ। 10-10 ਹਜ਼ਾਰ, 20-20 ਹਜ਼ਾਰ ਉਹ ਮਹੀਨੇ ਦਾ ਇਹਨਾਂ ਦੇ ਦਿੰਦੇ ਨੇ 2 ਲੱਖ ਆਪਦੀ ਜੇਦਕ ਪਾਉਂਦੇ ਨੇ। ਜਿੱਦੇ ਸਰਕਾਰ ਉਹਨਾਂ ਨੂੰ ਕੰਮ ਕਹਿੰਦੀ ਹੈ, ਉਹਦੇ ਕਹਿੰਦੇ ਹੜਤਾਲ ਕਰਾਂਗੇ। ਜਾਂ ਜਿੱਦੇ ਉਹਨਾਂ ਦਾ ਪੰਚਾਇਤ ਵਿਭਾਗ ਨਾਲ ਮੜਾ-ਮੋਟਾ ਕਿਸੇ ਆਈ.ਡੀ.ਸੀ. ਨਾਲ ਰੌਲਾ ਪੈ ਜੇ, ਉਹਦੇ ਕਹਿੰਦੇ ਅਸੀਂ ਹੜਤਾਲ ਕਰਾਂਗੇ। ਅੱਜ ਯੂਨੀਅਨ ਆ ਇਸ ਕੰਮ ਵਾਸਤੇ ਨਹੀਂ ਆਂ। ਵੀ ਮਾਪਈ ਚੰਗਾ ਕੰਮ ਕਰਨਾ। ਅੱਗੇ ਤਾਂ ਅਨਪੜ ਪਿੰਡ ਦਾ ਬੰਦਾ ਕਹਿ ਦਿੰਦਾ ਹੁੰਦਾ। ਅਸੀ ਕਹਾਣੀ ਪੜੀ ਹੋਈ ਆ ਮੁंशी ਪ੍ਰੇਮ ਚੰਦ ਦੀ ਵਿਲੇਜ ਜੱਜ ਪਿੰਡ ਦਾ ਉਹ ਕਹਿੰਦਾ ਸੀ ਹੁਣ ਹੋਰ ਕੀ ਦਸਾਂ ਮੈਂ ਇਹ ਰੌਲਾ ਕਹਿੰਦਾ ਨਹੀਂ ਗ੍ਰਾਮ ਸਭਾ ਦਾ ਐ ਕਿ ਰੌਲਾ ਇੱਕ ਗ੍ਰਾਮ ਸਭਾ ਨੇ ਇੱਕ ਪਿੰਡ ਦੇ ਵਿੱਚ ਸਰਕਾਰ ਨੇ ਗਊਸ਼ਾਲਾ ਬਣਾਉਣ ਦਾ ਫੈਸਲਾ ਕਰ ਲਿਆ ਸੀ ਉਹ ਜ਼ਮੀਨ ਅਰਟਾਲ ਚੁੱਕ ਕੇ ਉੱਥੇ ਪਲਾਟ ਦੇ ਦਿੱਤੇ ਗ੍ਰਾਮ ਸਭਾ ਨੇ ਦਿੱਤੀਆਂ ਆਗਿਆ ਮੰਗ ਕੇ ਦਿੱਤੀਆਂ ਉਹ ਪਲਾਟ 6 ਮਹੀਨਿਆਂ ਦੇ ਵਿੱਚ ਵਿੱਚ ਵੇਚੇਗਾ ਉਹਨਾਂ ਚੋਂ ਕੁਝ ਜੋ ਗ੍ਰਾਮ ਸਭਾ ਚੁੱਪ ਹੈ ਜੇ ਪਲਾਟ ਜਿਹੜਾ ਵੇਚਿਆ ਨਹੀਂ ਜਾ ਸਕਦਾ ਉਹਨੂੰ ਜੇ ਕਿਹਦੇ ਨਾਮ ਬੰਦਦਾ ਜੀ ਉਹ 2 ਗ੍ਰਾਮ ਸਵਾਇ ਦਾ ਮਤਲਬ ਗ੍ਰਾਂਸਰ ਦਾਦੇ ਆਉਂਦੇ ਹਿੱਟ ਨੇ ਕੋਈ ਨਹੀਂ ਤਾਂ ਕਿਉਂ ਦਿੱਤੇ ਜਾਣਗੇ ਉਹ ਪਲਾਟ ਤੁਸੀਂ ਪਲਾਟ ਦੇ ਨਹੀਂ ਹੁਣ ਸਰਕਾਰ ਨਾਲ ਅੱਖ ਚੱਕ ਪਾ ਕੇ ਕਿਉਂ ਉਦੋਂ ਮੁੜ ਕੇ ਉਹ ਪਲਾਟ 6 ਮਹੀਨਾ ਚ ਵੇਚਣਾ ਪਲਾਟ ਰਹਿਣ ਵਾਸਤੇ ਆ ਉਹ ਪਲਾਟ ਵੇਚਿਆ ਜਾ ਹੀ ਨਹੀਂ ਸਕਦਾ ਉਹ ਪਲਾਟ ਵੇਚੇ ਗਏ ਨੇ ਤੇ ਨਾ ਤਾਂ ਜਿਨ੍ਹਾਂ ਨੇ ਉਹ ਪਲਾਟ ਅਡਾਊਟ ਕਰੇ ਸੀ ਉਹ ਬੋਲੇ ਨੇ ਨਾ ਜਿਨ੍ਹਾਂ ਨੇ ਵੇਚਨੇ ਉਹ ਬੋਲਦੇ ਨੇ ਨਾ ਜਿਹੜੇ ਉਹ ਉੱਤੇ ਵੀਡੀਓ ਵਗੈਰਾ ਨੇ ਉਹ ਬੋਲਦੇ ਨੇ ਉਹ ਕਹਿੰਦੇ ਯਾਰ ਐਵੇਂ ਰੋਲਾ ਪਾਣਗੇ ਰੋਜੇ ਰੋਲਾ ਪਾਣਾ ਲੈ ਨੇ ਹੁਣ ਰੋਲਾ ਪਾਣ ਵਾਲੇ ਨੂੰ ਜੇ ਤੁਸੀਂ ਇਹੋ ਜੀ ਲਿਫਟ ਦੇਣੀ ਹੈ ਫੇਰ ਠੀਕ ਆ ਫੇਰ ਚੁੱਪ ਰਹੋ ਜੇ ਤੁਹਾਡੇ ਚ ਹਿੰਮਤ ਹੈ ਚਾਹੇ ਤੁਹਾਡੇ ਆਪਣੇ ਭੈਣ ਭਾਈ ਨੇ ਕਰਿਆ ਹੋਵੇ ਉਹਨਾਂ ਕੋਲ ਨਾ ਵੀ ਇਹ ਨਹੀਂ ਪਹੁੰਚਦਾ ਇਹ ਨਹੀਂ ਚੱਲਣਾ ਜਿਹੜੇ ਨਾਲ ਇੰਨੀ ਹੀ ਸਹੀ ਸਾਕੀ ਹੈ ਬੀ ਤੂੰ ਵੇਚਤਾ ਪੈਸੇ ਤੂੰ ਉਹਦੇ ਕਰਦੇ ਵਾਪਸ ਇਹ ਪਲਾਟ ਅਸੀਂ ਤੇਤੋਂ ਵਾਪਸ ਲੈਨੇ ਆ ਅਸੀਂ ਫਿਰ ਕਿਸੇ ਹੋਰ ਨੂੰ ਰਾਟ ਕਰਾਂਗੇ ਤੈਨੂੰ ਤੇ ਕੇਸ ਕੋਸ ਨਹੀਂ ਬਣਾਉਂਦੇ ਪਰ ਜੇ ਕਰੇਗਾ ਪੰਗਾ ਰਹੇਗਾ ਫਿਰ ਕੇਸ ਬਣਾਵਾਂਗੇ ਕਿਉਂਕਿ ਰੋਜ਼ ਕੇਸ ਨਹੀਂ ਬਣਾਈਨੇ ਉਹਨੂੰ ਸਪਸ਼ਟ ਕਰੋ ਵੀ ਨਾ ਇਹ ਨਹੀਂ ਪੁੱਗਦਾ ਉਹ ਝਿਲਾ ਬੰਦਾ ਬੈਠਾ ਪਲਾਟ ਵੇਚ ਰਿਹਾ ਤਾਂ ਮਤਲਬ ਉਹਨਾਂ ਤਾਂ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਤਾਂ ਦੇਖ ਕੇ ਦਿੱਤੇ ਨੇ ਹੁਣ ਸਰਕਾਰ ਫਿਰ ਕੀ ਕਰੇ ਇਹਦੇ 'ਚ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਸੌਖਾ ਹੁੰਦਾ ਮੈਂ ਕਹਿੰਦਾ ਤੁਸੀਂ ਤਾਂ ਲੋਕਾਂ ਨੇ ਰਮੈ ਨੇ ਹੋਣਾ ਇਹ ਜਿ ਜੁਨੀ ਹੋਇਆ ਤਾਂ ਕਾਇਤੋ ਨਾ ਜਿੱਥੇ ਜੁਨੀ ਹੋਈ ਤੁਸੀਂ ಗ್ರಾಮ ਸਭਾ ਉਹ ਨਾ ਪਿੰਡ ਦੀ ਤੁਸੀਂ ਬਾਤ ਕਰ ਰਹੇ ਨੇ ਨਾ ਤੁਸੀਂ ਉਧਾਰਨਾ ਦਿੰਦੇ ਉਹਦੀਆਂ ਵੀ ਦੇਖੋ ਆਏ ਸੀ ਲਾਟ ਕਰਤੇ ਫਿਰ ਜਿਹੜੇ ਬਿਚੇ ਨੇ ਉਹਨਾਂ ਦਾ ਕੀ ਕਰਿਆ ਉਹਦੇ ਤੇ ਬੋਲਿਓ ਕਦੇ ਇਹ ਤਾਂ ਬੜਾ ਸੌਖਾ ਹੈ ਚੜ ਜਾ ਬੱਚਾ ਸੂਲੀ ਰਾਮ ਪੜੀ ਕਰਾਂਗੇ ਜਿੰਨੂੰ ਮਰਜ਼ੀ ਸੂਲੀ ਚੜਾ ਲਓ ਜਿੰਨੂੰ ਮਰਜ਼ੀ ਕ੍ਰਿਟੀਸਾਈਜ਼ ਕਰ ਦਿਓ ਜਿੱਦਣ ਤੁਹਾਡੇ ਹੱਥੇ ਚ ਤਾਕਦਾ ਹੈ ਉਹਦੇ ਤੁਸੀਂ ਕੀ ਕਰਿਆ ਕੀ ਉਹਦੇ ਤੁਸੀਂ ਇਨਸਾਫ ਦਿੰਦਾ ਆਹ ਜਿਹੜੀਆਂ ਪਾਰਟੀਆਂ ਹੁਣ ਕਾਂਗਰਸ ਤੇ ਅਕਾਲੀ ਦਲ ਰੋਜ਼ ਬੋਲਦੇ ਨੇ ਬੀਜੇਪੀ ਇਹਨਾਂ ਪੁੱਛੋ 30 ਸਾਲ ਤੋਂ ਤੁਸੀਂ ਰਾਜ ਕਰਦੇ ਤੁਸੀਂ ਆਪ ਆਦਾਨੂ ਹਜੇ ਉਹਨਾਂ ਨੂੰ 50 ਦਿਨ ਹੋਏ ਨੇ ਤੁਸੀਂ ਉਹ ਜੀ ਟੋਕੀ ਜਨੋ ਵੈਸੇ ਤਾਂ ਮੈਂ ਤੁਹਾਡੇ ਚੈਨਲ ਨੂੰ ਵੀ ਤੁਹਾਨੂੰ ਵੀ ਇਹੀ ਦੇਖਣਾ ਵੀ ਰੋਜ਼ ਹੀ ਟੋਕਣ ਵਾਲਾ ਮਾਮਲਾ ਹੀ ਹੁੰਦਾ ਹੈ ਕਿ ਰੋਜ਼ ਐ ਨੁਕਸ ਕੱਢੀ ਜਾਵਾਂਗੇ ਫਿਰ ਤਾਂ ਕੰਮ ਹੋਣਾ ਹੀ ਨਹੀਂ ਇੱਕ ਸਰਜਨ ਆਪਰੇਸ਼ਨ ਕਰਨ ਲੱਗੇ ਤੁਸੀਂ ਕਹੋ ਇਹ ਸੂਈ ਤਾਂ ਐ ਨਹੀਂ ਆਇਆ ਲਾਤੀ ਜੀ ਇੱਥੇ ਤਾਂ ਤੇਤੀ ਤੇਤੀ ਆਇਆ ਹੋਣੀ ਚਾਹੀਦੀ ਸੀ ਜੀ ਇਹਨੂੰ ਤਾਂ ਗਲੂਕੋਜ਼ ਦੀ ਬੋਤਲ ਲਾਈਆ ਜੀ ਪੂਰੀ ਕਿਉਂ ਨਹੀਂ ਲਾਈ ਜੀ ਤੁਸੀਂ ਕਹੀ ਜਾਓ ਫਿਰ ਫਿਰ ਇਲਾਜ ਕ ਅੱਜੇ 50 ਦਿਨ ਹੋਏ ਨੇ ਸਰਕਾਰ ਨੂੰ ਆਈ ਨੂੰ ਉਹਨੂੰ ਕਰਨ ਦਿਓ ਉਹਦੇ ਉੱਤੇ ਜਿਹੜਾ ਵੱਡੀਆਂ ਗੱਲਾਂ ਨੇ ਉਹਤੇ ਕ੍ਰਿਟਿਸਿਜ਼ਮ ਕਰ ਲਓ ਖਰਾਬ ਕਰਨਗੇ ਮੰਨ ਲਿਆ ਆਪਾਂ ਮੰਨ ਲੋ ਵੀ ਇਹ ਆਪ ਸਰਕਾਰ ਅਕਾਲੀ ਔਰ ਬੀਜੇਪੀ ਔਰ ਕਾਂਗਰਸ ਉਹ ਵੀ ਮਾਰੀ ਨਿਕਲੇਗੀ ਪਹਿਲਾਂ ਵੀ ਤਾਂ 30 ਸਾਲ ਮਾਰੀ ਨਿਕਲ ਤੁਸੀਂ ਇਹੀ ਸੋਚ ਕੇ ਉੱਡ ਪਾਈਏ ਵੀ ਚਲ ਇੱਕ ਵਾਰੀ ਇਹਨਾਂ ਨੂੰ ਸਮਾਂ ਦੇ ਦਈਏ ਲੋਕਾਂ ਨੇ ਸੋਚ ਕੇ ਵੋਟ ਪਾਤੀ ਅਕਾਲੀਆਂ ਕਾਂਗਰਸ ਨੇ ਤਾਂ ਪਹਿਲਾਂ ਵੀ ਇਹੀ ਕੁਝ ਕਿਹਾ ਸੀ ਉਹਨੂੰ ਕਿਹੜਾ ਲੋਕ ਮੰਨ ਗਏ ਫਿਰ ਹੁਣ ਮੰਨ ਲਓ ਉਹ ਤੁਹਾਡੇ ਵਰਗੇ ਮੀਡੀਆ ਨੇ ਵੀ ਬਥੇ ਰਹੀ ਕਿਹਾ ਸੀ ਰੜਾ ਪਾਇਆ ਸੀ ਵੀ ਐ ਆਏ ਹੋ ਜੂਗਾ ਜੀ ਪਰਾਣਾ ਹੋ ਜੂਗਾ ਉਹ ਆਗੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਤੇ ਹੁਣ ਕਿਉਂ ਤੁਸੀਂ ਐਵੇਂ ਜੱਬਾਂ ਦਾ ਭੇੜ ਕਰੀ ਜਾਂਦੇ ਸਾਰਾ ਦਿਨ ਤੁਸੀਂ ਬੋਲੀ ਜਾਂਦੇ ਨਹੀਂ ਆਇਆ ਹੋ ਗਿਆ ਜੀ ਹੋ ਗਿਆ ਜੋ ਤੁਸੀਂ ਕ੍ਰਿਟੀਸਾਈਜ਼ ਕਰੋ ਵੱਡੀ ਗੱਲ ਦੇ ਉੱਤੇ ਕਰੋ ਛੋਟੀਆਂ ਗੱਲਾਂ ਦੇ ਉੱਤੇ ਤੁਸੀਂ ਐ ਤਾਂ ਫਿਰ ਕਦੇ ਮੁੱਕਣਾ ਹੀ ਨਹੀਂ ਨਹੀਂ ਇਹਨਾਂ ਦੇ ਦਿਖਾ ਦੇਣਾ ਤਿੰਨ ਮਹੀਨੇ ਦੀ ਚੰਨੀ ਸਰਕਾਰ ਆਈ ਸੀ ਉਹ ਦੇਖ ਲਓ ਕੀ ਕੁਝ ਕਰਿਆ ਸੀ ਇਹ ਠੀਕ ਹੈ ਵੀ ਹੁਣ ਇਸ ਚਾਰ ਦੇ ਰਹੇ ਨੇ ਬੀ ਤੇ ਕ੍ਰਿਟਿਸਾਈਜ਼ ਕਰ ਦੋ ਵੀ ਜੀ ਡੇ ਡੇ ਸਿਆਰ ਦੇਣ ਦੀ ਕੀ ਲੋੜ ਐ ਵੈਲਿਡ ਕ੍ਰਿਟਿਸਿਜ਼ਮ ਕਰੋਗੇ ਤਾਂ ਲੋਕ ਵੀ ਸੁਣਨਗੇ ਤਾਂ ਉਹਨਾਂ ਨੂੰ ਵੀ ਅਕਲ ਆਊਗੀ ਸਰਕਾਰ ਨੂੰ ਵੀ ਜੇ ਵੈਲਿਡ ਕ੍ਰਿਟਿਸਿਜ਼ਮ ਨਹੀਂ ਕਰੋਗੇ ਹੋ ਸਕਦਾ ਇਹਨਾਂ ਨੇ ਵੀ ਕੋਈ ਆਫਦਾ ਬਣਾ ਲਿਆ ਹੋਵੇ ਜਾਂ ਬੀਜੇਪੀ ਨੇ ਬਣਾਇਆ ਹੋਇਆ ਕਾਂਗਰਸੀਆਂ ਨੇ ਬਣਾਇਆ ਹੋਇਆ ਜਿਵੇਂ ਜਮੀਨਾਂ ਨੇ ਵੀ ਕੋਈ ਇਹ ਜਾਂ ਸੜ ਸੋਲਾ ਆਈਟੀ ਦਾ ਬਣਾ ਲਿਆ ਹੋਵੇ ਵੀ ਜਿਹੜਾ ਇਹਨਾਂ ਦੇ ਖਿਲਾਫ ਬੋਲੂ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣ ਕਿਉਂਕਿ ਅੱਜ ਕੱਲ ਬੰਨ ਸੁਭ ਤਾਂ ਕਿਸੇ ਕੋਲ ਵੀ ਨਹੀਂ ਹੈ ਫਿਰ ਇੱਕ ਦੂਜੇ ਦਾ ਰਿਕਾਰਡ ਕਰਨ ਦਾ ਬਹੁਤ ਸਾਰਾ ਕੁਝ ਹੈ ਇਹਨਾਂ 'ਚ ਪਰ ਇੱਕ ਗੱਲ ਮੈਂ ਜਿੰਨਾ ਕੁਝ ਹੋ ਰਿਹਾ ਹੈ ਜਿਹੜਾ ਕੁਝ ਉਹ ਕੋਸ਼ਿਸ਼ ਕਰ ਰਹੇ ਨੇ ਆਪਦੇ ਵੱਲੋਂ ਇਹ ਸੱਚ ਹੈ ਕਿ ਪਹਿਲੀਆਂ ਸਰਕਾਰਾਂ ਆ ਕੇ 4 ਸਾਲ ਚੁੱਪ ਰਹਿੰਦੀਆਂ ਸੀ ਵੋਟਾਂ ਲਈ ਸਾਲ ਆ ਕੇ ਕਰਨਾ ਸ਼ੁਰੂ ਕਰਦੀਆਂ ਸੀ ਜੇ ਮੈਂ 2 ਤੋਂ ਗਿਣਾਵਾਂ ਸ਼ੁਰੂ ਕਰਾਂ ਇਹ ਕਾਟਨ ਸਰਕਾਰ ਨੇ ਕਮਿਊਟੇਸ਼ਨ ਘਟਾਤੀ ਸੀ ਲੋਕਾਂ ਦੇ ਕਈ ਪੱਤੇ ਪੁੱਤੇ ਬੰਦ ਕਰਤੇ ਸੀ 2007 ਚ ਜਾਣ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਉਹ ਕਮਿਊਟੇਸ਼ਨ ਦੁਬਾਰਾ ਉਹੀ ਪੁਰਾਣਾ ਫਾਰਮੂਲਾ ਲਾਤਾ ਕਿਉਂਕਿ 2007 ਪਰ 20 ਚੋਣਾ ਚੀਂਦੀਆਂ। ਅਕਾਲੀ ਸਰਕਾਰ ਨੇ 2011 ਨਵੰਬਰ ਦੇ ਵਿੱਚ ਗ੍ਰੇਡ ਦੁੱਗਣੇ ਡੇਢ ਗੁਣੇ ਕਰਤੇ ਸੀ ਔਰ ਉਹਦੇ ਤਾਂ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਪੈਸੇ ਲਖਿਆ ਕਰੇ ਸੀ ਉਸ ਵਕਤ ਦਾ ਇੱਕ ਇਹਨਾਂ ਦਾ ਮੰਤਰੀ ਸੀ ਚੇਅਰਮੈਨ ਉਹਦੀ ਅੱਜ ਇਨਕੁਆਰੀ ਕਰ ਲੈਣ ਕਿ ਵੀ ਐਨੇ ਗ੍ਰੇਡ ਕਿਵੇਂ ਦਿੱਤੇ ਸੀ ਕਿਹੜਾ ਫਾਰਮੂਲਾ ਸੀ ਉਹ ਕੋਈ ਨਹੀਂ ਕਰੇਗਾ ਕਿਉਂਕਿ ਸਾਰੇ ਇਕੱਠੇ ਨਹੀਂ ਕਹਿੰਦੇ ਜੱਟ ਜੱਟਾਂ ਦੇ ਭੋੜੂ ਨਾ ਰਹਿਣ ਦਾ ਸਾਰੇ ਇਕੱਠੇ ਨਹੀਂ ਪੋਲਿਟੀਸ਼ੀਨ ਨਹੀਂ ਤਾਂ ਕਰ ਲੈਣ ਉਹਦੀ ਇਨਕੁਆਰੀ ਵੀ ਬੋੜਾ ਹੀ ਗ੍ਰੇਡਾਂ ਦੇ ਇੱਕ ਵਿੱਚ ਦਿੱਤੇ। ਵਿਣਾਕੇ ਸੇ ਗੱਲ ਦੇ ਤੂੰ ਡੇਡ ਡਡ ਗੁਣਾ ਹਰੇਕ ਦੇ ਚੱਕ ਕੇ ਕਰਤੇ ਕਿਵੇਂ ਕਰੇ ਨੇ? ਖਜ਼ਾਨੇ ਨੂੰ ਘਟਾ ਇੰਨਾ ਕਿਵੇਂ ਪਤਾ? ਫੇਰ ਤੀਜੀ ਗੱਲ ਆ ਜਿੰਨਾ ਰੈਵਨਿਊ ਇਕੱਠਾ ਹੋਣਾ ਇਹਨਾਂ ਦਾ 849000 ਕਰੋੜ ਇਕੱਠਾ ਹੋਣਾ ਸੀ RBI ਦੇ ਮੁਤਾਬਕ 55000 ਕਰੋੜ ਤਕਰੀਬਨ ਇਹਨਾਂ ਦਾ ਪੈਨਸ਼ਨ ਔਰ ਤਨਖਾਹਾਂ ਦੇ ਚਲੇ ਜਾਣਾ। ਪੈਸਾ ਤਾਂ ਜਿੰਨਾ ਇਕੱਠਾ ਹੋਣਾ ਥੋੜਾ ਮਾਗੀ ਟੈਕਸਾਂ ਦਾ ਪੈਸਾ ਉਹ ਤਾਂ ਸਾਰਾ ਤੁਹਾਡਾ ਚਲੇ ਜਾਣਾ ਪੈਨਸ਼ਨਾਂ ਤੇ ਤਨਖਾਹਾਂ ਤੇ ਕਿਉਂਕਿ ਇੰਨੀ ਜਿਆਦਾ ਵਧਾਤੀਆਂ। ਹੁਣ ਵੀ ਵਧਾਤੀਆਂ ਚੰਨੀ ਸਾਹਿਬ ਨੇ ਜਾਂਦੇ ਆਂਦੇ ਇੱਕ ਤਾਂ ਇਹ ਦੂਜੀ ਗੱਲ ਜਿਹੜੀ ਇਹ ਹੁੰਦੀ ਆ ਨਾ ਕਹਿਣਾ ਇਹ ਬੜਾ ਹੀ ਸੌਖਾ ਹੈ ਫਿਰ ਇਦਾਂ ਹੀ 2016 ਚ ਇਹ ਜਾਂਦੇ ਜਾਂਦੇ ਅਕਾਲੀ ਉਹ ਵੀ ਅਸੀਂ ਆਈਆਂ ਰੈਗੂਲਰ ਕਰਦਾਂਗੇ ਆਹ ਕਰਦਾਂਗੇ ਇਹ ਜਾਂਦੇ ਹੋਏ ਕਰਕੇ ਫਿਰ 2017 ਚ ਆ ਕੇ ਕੈਪਟਨ ਨੇ 4 ਸਾਲ ਕੁਝ ਨਹੀਂ ਦਿੱਤਾ ਜਾਂਦੇ ਹੋਏ ਇਹ ਕਰਕੇ ਵੀ ਤੁਸੀਂ ਉੱਥੋਂ ਇੱਧਰ ਵਾਦਲੋ ਆ ਕਰ ਲਓ ਪਹਿਲਾਂ ਇਹਨਾਂ ਨੇ ਬਣਾਇਆ ਬਾਡਰੀ ਦੇ ਕੈਪਟਨ ਮੁੜ ਕੇ ਇੱਥੇ ਬੁਲਾ ਲੈ ਸਾਰੇ ਟੀਚਰ ਇਹ ਚੰਨੀ ਸਾਹਿਬ ਜਾਂਦੇ ਹੋਏ ਬਾਡਰੀ ਦੀ ਕਾਦੀ ਕਰਕੇ ਇੱਧਰ ਟੀਚਰ ਬੁਲਾ ਕੇ ਗਏ ਨੇ ਆਪ ਇਹਨਾਂ ਪੁੱਛੋ ਵੀ ਇੱਥੇ 18-18 ਟੀਚਰਾਂ ਵਾਸਤੇ 10-10 ਬੱਚਿਆਂ ਵਾਸਤੇ ਇੱਕ ਇੱਕ ਟੀਚਰ ਹੈਗਾ ਉੱਥੇ 400 ਬੱਚੇ ਵਾਸਤੇ ਹੈਗੇ ਕਿਉਂ ਕਰਿਆ ਇਹ ਜੀ ਸਜ਼ਾ ਕੌਣ ਦੇਏਗਾ ਚੰਨੀ ਸਾਹਾ ਆਜਾਦੇ ਆਪਣੇ ਜਿੰਨਾ ਮਰਜੀ ਚੰਗਾ ਕਹਿ ਰਹੇ ਨੇ ਟੈਕਨੀਕਲ ਐਜੂਕੇਸ਼ਨ ਚਾਹੇ ਨਹੀਂ ਉੱਥੇ ਜਿਹੜੇ ਲੋਕਾਂ ਦੇ ਸਰਟੀਫਿਕੇਟ ਨਹੀਂ ਮਿਲਦੇ ਬੀਫੀਆਂ ਦੀ ਹਰੇ ਫਰੀ ਉੱਥੇ ਬੋਲੇ ਕਿਉਂ ਨਹੀਂ ਉਦੋਂ ਪਹਿਲਾਂ ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਪੈਗੀ ਕਿ ਸਰਕਾਰ ਆਪਣੇ ਲੈਵਲ ਤੇ ਕਰ ਰਹੀ ਆ ਜੋ ਵੀ ਉਹਦੇ ਨਾਲ ਕੋਈ ਮੈਂ ਸੈਟੀਸਫਾਈ ਨਹੀਂ ਹਾਂ ਜੋ ਕਰ ਰਹੀ ਹੈ ਪਰ ਮੇਰਾ ਸੈਟੀਸਫਾਈ ਹੋਣਾ ਕੋਈ ਜ਼ਰੂਰੀ ਨਹੀਂ ਹੈ ਸਰਕਾਰ ਨੇ ਆਪਣਾ ਕੰਮ ਚਲਾਉਣਾ ਹੈ ਮੇਰੇ ਵਰਗੇ 3600 ਲੋਕ ਤਰੇ ਫਿਰਦੇ ਨੇ ਉਹ ਰੋਜ਼ ਹੀ ਕ੍ਰਿਟਿਸਾਈਜ਼ ਆਪ ਦੇ ਆਪ ਨੂੰ ਕਰਨੇ ਵੀ ਅਸੀਂ ਬਹੁਤ ਸਿਆਣੇ ਆ ਸਰਕਾਰ ਨੇ ਆਪਣੀ ਦੀ ਜਿਹਨੇ ਕੰਮ ਕਰਨਾ ਉਸੇ ਨਹੀਂ ਕਰਨਾ ਦੂਜੇ ਦੇ ਕਹਿਣ ਦਾ ਕੋਈ ਹਾਂ ਸਰਕਾਰ ਦਾ ਕੰਮ ਹੈ ਜਿਹੜਾ ਕ੍ਰਿਟਿਸਿਜ਼ਮ ਉਹਨੂੰ ਸੁਣੇ ਉਹਦੇ ਨਾਲ ਉਹੀ ਨਾ ਜੁੱਤੀ ਉਹਦੇ ਨਾਲ ਇੱਟ ਖੜਕਾ ਲਵੇ ਉਹਦੇ ਤੇ ਟਾਈਮ ਨਾ ਲਾਵੇ ਉਹਦੇ ਵਾਸਤੇ ਆਪਦੇ ਆਈਟੀ ਦੇ ਨਾਲ ਹੀ ਟਾਈਮ ਵੇਸਟ ਨਾ ਕਰੇ ਆਈਟੀ ਕਾਹੀ ਜੇ ਕੋਈ ਟਾਈਮ ਲਾਉਣਾ ਹੈ ਤਾਂ ਲੋਕਾਂ ਨੂੰ ਸਮਝਾਉਣ ਵਾਸਤੇ ਰਾਵੇ ਸੋਸ਼ਲ ਮੀਡੀਆ ਚੰਗੇ ਪੋਜ਼ਿਟਿਵ ਗੱਲਾਂ ਪਾਵੇ 네ਗੇਟਿਵ ਕਰਨ ਵਾਸਤੇ ਨਾ ਪਾਵੇ ਆਹ ਬੰਦਾ ਸਾਨੂੰ ਡੱਟਸ ਅਪ ਅਕੀ achievement ਦੇ ਦੇ ਜੇ ਮੈਂ ਜਾਵਾਂ ਤਾਂ ਹੱਲ ਕੀ ਹੈ ਬੇਰੁਜ਼ਗਾਰੀ ਦਾ ਹੱਲ ਕੀ ਹੈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਵਿਦੇਸ਼ਾਂ ਚ ਜਾਣ ਤੋਂ ਰੋਕਣਾ ਜਾਂ ਇੱਥੇ ਰੋਜ਼ਗਾਰ ਪੈਦਾ ਕਰਨਾ ਇਹਦਾ ਹੱਲ ਕੀ ਹੈ ਸਰਕਾਰ ਕੀ ਕਰ ਸਕਦੀ ਹੈ ਕਿਹੜਾ ਕਦਮ ਹੁਣ ਤੱਕ ਨਹੀਂ ਪੁੱਟਿਆ ਗਿਆ ਮੈਨੂੰ ਲੱਗਦਾ ਵੀ ਇਹ ਜਿੰਨਾ ਟਾਈਮ ਆ ਉਹਦੇ ਵਿੱਚ ਬਹੁਤ ਛੋਟਾ ਫਿਰ ਮੋਟੀ ਜੀ ਗੱਲ ਮੈਂ ਕਹਿ ਸਕਦਾ ਵੀ ਪਹਿਲਾਂ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਇੱਥੇ ਰੋਜ਼ ਰੌਲਾ ਪਾਉਂਦੇ ਜਿਵੇਂ ਤੁਸੀਂ ਵੀ ਕਾਰਪੋਰੇਟ ਕਹਤਾ ਪੰਜਾਬ ਦੇ ਵਿੱਚ 22 ਲੱਖ ਜੋਬ ਜਿਹੜਾ ਉਹ ਸਮਾਲ ਸਕیل ਇੰਡਸਟਰੀ ਘਰੇਲੂ ਉਦਯੋਗ ਤੇ ਖਾਦੀ ਉਦਯੋਗ ਤੇ ਆਹ ਹੋਟਲਾਂ ਵਗੈਰਾ ਨੇ ਦਿੱਤਾ ਹੋਇਆ ਛੋਟੇ ਜਿਹੜੇ ਟਾਬੇ ਵਗੈਰਾ ਨੇ ਦੁਕਾਨਾਂ ਵਗੈਰਾ ਨੇ ਤੇ ਜੇ 22 ਲੱਖ ਇਹਨਾਂ ਤਾਂ ਜਿਹੜੀ ਵੱਡੀ ਇੰਡਸਟਰੀ ਤੇ ਮੀਡੀਅਮ ਇੰਡਸਟਰੀ ਨੇ ਸਿਰਫ 4 ਲੱਖ ਬੰਦੇ ਰੁਜ਼ਗਾਰ ਦਿੱਤਾ ਇਹ ਸਰਕਾਰ ਦੇ ਆਪਣੇ ਅੰਕੜੇ ਨੇ ਇਹ ਤੋਂ ਪਤਾ ਲੱਗ ਜਾਂਦਾ ਵੀ ਰੁਜ਼ਗਾਰ ਕਿੱਥੇ ਮਿਲਣਾ ਹੈ 36 ਲੱਖ ਲੋਕਾਂ ਨੂੰ ਰੁਜ਼ਗਾਰ ਜਿਹੜਾ ਖੇਤੀ ਚ ਹੈ ਪਿੱਛੇ 98 ਲੱਖ ਟੋਟਲ ਨੇ 99.9 ਲੱਖ ਟੋਟਲ ਕਾਮ ਮੈਨੇਜਰ ਇਹ ਕਹਿੰਦੇ ਨੇ 36 ਲੱਖ ਉਹਦੇ ਚੋਂ ਕੱਢੇ ਖੇਤਾਂ ਚ ਨੇ ਜੇ ਉਹਦੇ ਨਾਲ ਸਹਾਇਕ ਖੇਤੀ ਦਾ ਜਿਵੇਂ ਜਿਹਨੇ ਪਰਦੇਦਾਰ ਨੇ ਜਿਨੇ ਢੋਟੋਾਈ ਵਾਲੇ ਨੇ ਜਿਨੇ ਆਰਤੀਏ ਨੇ ਜਿਨੇ ਵਪਾਰੀ ਨੇ ਜਿਨੇ ਚਰਾਈ ਵਾਲੇ ਨੇ ਜਿਨੇ ਲਦਾਈ ਵਾਲੇ ਨੇ ਜਿਨੇ ਉਹਨਾਂ ਮੰਡੀਆਂ ਦੇ ਅੱਦਾਲੇ ਖੜਕੇ ਆਦਾ ਸਮਾਨ ਤੋਂ ਮਨ ਵੇਚਣ ਵਾਲੇ ਰੀੜੀਆਂ ਵਾਲੇ ਟਾਬਿਆਂ ਵਾਲੇ ਨੇ ਜੋ ਉਹਨਾਂ ਨੂੰ ਜੋੜ ਲੀਏ ਤਾਂ ਉਹਦੇ ਚ ਹੋਰ 10 ਲੱਖ ਬੰਦਾ ਹੋ ਜਾਣਾ ਤੇ ਇਸੇ ਤਰ੍ਹਾਂ ਹੀ ਬਾਈ ਲੱਖ ਮੈਂ ਤੁਹਾਨੂੰ ਦੱਸਦਾ ਛੋਟੇ ਛੋਟੇ ਜਿਹੜੇ ਰੋਜ਼ਗਾਰ ਹੈਗੇ ਨੇ ਠੀਕ ਹੈ 42 ਔਰ ਬਾਈ ਠਾਹਟ ਲੱਗਦਾ ਇਹੀ ਹੋ ਗਿਆ 98 ਲੱਖ ਚੋਂ 99 ਲੱਖ ਚੋਂ ਆਪੇ ਹਿਸਾਬ ਲਾੜੋ ਰੋਜ਼ਗਾਰ ਕਿੱਥੋਂ ਹੁੰਦਾ ਚਾਰ ਤਿੰਨ ਕਿ ਲੱਖ ਹੈ ਜਿਹੜਾ ਸਰਕਾਰ ਨੇ ਲਾਇਆ ਹੋਇਆ ਹੈ ਸਰਕਾਰੀ ਚਾਹ ਦੇ ਸਰਕਾਰੀ ਅਦਾਰਿਆਂ ਦੇ ਵਿੱਚ ਟੋਟਲ 4 ਲੱਖ ਬੰਦਾ ਲੱਗਿਆ ਹੋਇਆ ਪਾਣੀ ਸਵਾ ਚਾਰ ਲੱਖ ਤੇ ਬਾਕੀ ਜਿਹੜਾ ਬੰਦਾ ਹੈ ਉਹ ਜਤਕ ਘਰਾਂ ਚ ਕੰਮ ਕਰਦਾ ਠੀਕ ਹੈ ਜਾਂ ਉਹਨੇ ਆਪ ਦੀ ਕੋਈ ਦੁਕਾਨ ਖੁਦ ਖੋਲੀ ਹੋਈ ਹੈ ਜਾ ਕੋਈ ਆਪਦਾ ਖੁਦ ਦਾ ਬਿਜ਼ਨਸ ਕਰਦਾ। ਕਿ ਜਿਹੜੇ ਉਹ ਤਾਂ ਉੱਥੇ ਤਾਂ 4 ਲੱਖ ਹੀ ਆ ਨਾ। ਜੇ ਆਪਾਂ ਦੇਖੀਏ 68 ਲੱਖ 4 ਲੱਖ ਹੋ ਪਾ ਦੋ। ਜਿਹੜਾ ਸਰਕਾਰੀ ਹੈ, ਪਿਆਰ ਦੇ ਸਰਕਾਰੀ 4-5 ਲੱਖ ਪਾ ਲੋ ਵੱਧ ਤੋਂ ਵੱਧ ਜੇ ਟਿਕਟ ਉੱਤੇ ਲਾ ਕੇ ਸਾਰਾ ਕੁਝ ਤੇ 63 ਲੱਖ 73 ਲੱਖ 73 ਤੇ 4 ਲੱਖ ਹੋ ਪਾ ਦੋ ਜਿਹੜਾ ਵੱਡੀ ਇੰਡਸਟਰੀ ਚ ਹੈ। 73 ਤੇ 4 70 ਲੱਖ ਤੇ 20 ਲੱਖ ਤਾਂ ਫਿਰ ਵੀ 22 ਲੱਖ ਰਹਿ ਗਿਆ ਨਾ। ਉਹ ਵਾਈ ਲਖੋਆ ਜਿਹੜਾ ਖੁਦ ਦੁਕਾਨਾ ਕਰਦਾ ਹੈ ਕਿਤੇ ਕੋਈ ਕੁਝ ਕਰਦਾ ਹੈ ਕਿਤੇ ਕੋਈ ਕੰਮ ਕਰਦਾ ਹੈ ਹੈ ਜਾਂਦ ਕਰਾਂਜ ਕੰਮ ਕਰਦਿਆਂ ਨੇ ਬੀਬੀਆਂ ਆ ਕੇ ਜਾਂ ਕੋਈ ਗੋਹਾਪੂਰਾ ਕਰਦਾ ਹੈ ਕੋਈ ਦਿਹਾੜੀ ਕਰਦਾ ਕੋਈ ਇਸ ਤਰ੍ਹਾਂ ਦਾ ਸੋ ਇਸ ਕਰਕੇ ਉਹ ਜਿਹੜੀ ਦਿਹਾੜੀ ਵਗੈਰਾ ਕਰਦੇ ਕਿਉਂਕਿ ਉਹਨੂੰ ਇਹ ਕਦੇ ਕਾਊਂਟ ਨਹੀਂ ਕਰਦੇ ਉਸ ਤਰੀਕੇ ਨਾਲ ਇਹਨਾਂ ਦੀ ਗਿਣਤੀ ਹੋ ਨਹੀਂ ਰਹੀ ਸੋ ਉਹ ਨੇ ਹੁਣ ਰੁਜ਼ਗਾਰ ਤੋਂ ਉਹਨੂੰ ਆਪੇ ਪਤਾ ਲੱਗਿਆ ਵੀ ਕਿੱਥੇ ਜ਼ਿਆਦਾ ਸੋ ਖੇਤੀ ਨੂੰ ਡਿਵੈਲਪ ਕਰੋ ਖੇਤੀ ਨੂੰ ਸੰਜੀ ਖੇਤੀ ਬਣਾਉਗੇ ਜਿੰਨਾ ਜ਼ਿਆਦਾ ਤੁਸੀਂ ਮੈਕਨਾਈਜ਼ੇਸ਼ਨ ਨੂੰ ਘਟਾ ਕੇ ਦੂਜੇ ਪਾਸੇ ਦੀ ਖੇਤੀ ਕਰੋਗੇ ਉਹਦੇ ਨਾਲ ਤੁਹਾਡੇ ਕੋਲ ਰੋਜ਼ਗਾਰ ਪੈਦਾ ਹੋਏਗਾ ਤੁਸੀਂ ਛੋਟੇ ਬਿਜ਼ਨਸ ਛੋਟੇ ਜਿਹੜੇ ਪਿੰਡ ਨੇ ਕਸਬੇ ਟਾਈਪ ਉਹਨਾਂ ਦੇ ਵਿੱਚ ਮੰਡੀਆਂ ਡਿਵੈਲਪ ਕਰੋ ਚੰਗੀਆਂ ਚੰਗੇ ਬਾਜ਼ਾਰ ਕਰੋ ਤਾਂ ਕਿ ਲੋਕ ਵੱਡੇ ਸ਼ਹਿਰ ਨੂੰ ਨਾ ਭੱਜਣ ਉੱਥੇ ਲੋਕਲ ਹੋਏਗਾ ਕਿੰਨੀ ਲੋਕਾਂ ਨੂੰ ਹੁਣ ਮੈਂ ਰੋਜ਼ਗਾਰ ਲਈਆਂ ਦੂਜੇ ਤਰੀਕੇ ਦੱਸ ਦਿੰਦਾ ਬੈਸੇ ਤੇ ਇਹ ਤੇ ਇੱਕ ਵੱਖਰੀ ਐਪੀਸੋਡ ਕਰਨ ਦੀ ਲੋੜ ਹੈ ਤਾਂ ਕਿ ਕਲੀਅਰ ਹੋਵੇ ਪਰ ਮੈਂ ਮੋਟੀ ਮੋਟੀ ਗੱਲ 2 ਮਿੰਟਾਂ ਦੀ ਦੱਸਾਂਗਾ ਲੰਬਾ ਨਾ ਹੋਵੇ ਮਨਰੇਗਾ ਦੇ ਵਿੱਚ 28 ਲੱਖ ਕਾਰਡ ਬਣ ਸਕਦਾ ਹੈ। ਜਾਂ 32 ਲੱਖ। ਉਹ 32 ਲੱਖ ਚੋਂ ਘੱਟੋ-ਘੱਟ 28 ਲੱਖ ਬੰਦਾ ਜਾਓ ਗੁਰੂ 100-100 ਦਿਨ ਦਾ ਜਾਓ ਉਹਨੂੰ ਮਿਲ ਗਿਆ। ਕੇਂਦਰ ਤੋਂ ਪੈਸਾ ਆਇਆ। ਉਹਦੇ ਨਾਲ 40% ਮਟੀਰੀਅਲ ਕਾਸਟ ਆ ਉਸ ਮਟੀਰੀਅਲ ਕਾਸਟ ਤੇ GST ਆਉਣਾ ਹੈ। ਉਸ ਮਟੀਰੀਅਲ ਕਾਸਟ ਨਾਲ ਬਾਕੀ ਸਮਾਨ ਵਿਕੇਗਾ ਸਮਾਨ ਵੇਚਣ ਕਰਕੇ ਉੱਥੇ ਗਾਂਹ ਰੋਜ਼ਗਾਰ ਇਹਨੂੰ ਸਪਿਨ-ਆਫ ਕਹਿੰਦੇ ਨਹੀਂ ਕਿਉਂਕਿ ਜੇ ਇੱਟਾਂ ਆਉਣਗੀਆਂ ਤਾਂ ਫਿਰ ਪੱਠੇ ਚੱਲਣਗੇ ਪੱਠੇ ਤੇ ਰੋਜ਼ਗਾਰ ਲੱਗੇਗਾ ਜੇ ਸਿਮਿੰਟ ਆਏਗਾ ਤਾਂ ਸਿਮਿੰਟ ਵਾਲੀ ਫੈਕਟਰੀ ਚ ਚੱਲੇਗਾ ਜੇ ਤੁਸੀਂ ਉੱਥੇ ਕੋਈ ਸਰੀਆ ਆਏਗਾ ਕੋਈ ਹੋਰ ਸਫੇਦੀ ਆਏਗੀ ਕੁਝ ਵੀ ਆਏਗਾ ਕੋਈ ਨਾ ਕੋਈ ਕੰਮ ਤਾਂ ਆਏਗਾ ਹੀ ਲੱਕੜਾ ਆਏਗੀ ਇਕ ਤਾਂ ਇਹ ਦੂਜਾ ਰੋਜ਼ਗਾਰ ਦਾ ਤਰੀਕਾ ਇਹ ਹੈ ਵੀ 28 ਲੱਖ ਦੇ ਵਿੱਚੋਂ 70000 80000 ਬਣ ਕੇ ਵਾਈਟ ਕਾਲਰ ਜੋਬ ਮੈਨ ਹੈ ਕਿਉਂਕਿ 50 ਕਾਰਡਾਂ ਦੇ ਪਿੱਛੇ ਇਕ ਤਾਂ ਬੰਨਾ ਰੋਜ਼ ਉਹਦੀ ਗੱਲ ਹੋ ਜਾਂਦਾ ਸੀ ਲਖ 50000 ਬੰਦਾ ਜੇ ਅਸੀਂ ਇਹ ਕਹਿੰਦੇ ਨੇ ਵੀ ਅਸੀਂ ਇਹਨਾਂ ਤਾਂ ਕਹਿੰਦਾ ਨਾ 117 ਕਲੀਨਿਕ ਖੋਲਾਂਗੇ ਜਿਹੜੇ ਕਹਿੰਦੇ ਅਸੀਂ ਮਹਾਲਾ ਕਲੀਨਿਕ ਮਹਾਡਾ ਕਲੀਨਿਕ ਕੋਈ ਬੜਾ ਕਲੀਨਿਕ ਨਹੀਂ ਹੁੰਦਾ ਜੇ ਮਹਾਡਾ ਕਲੀਨਿਕ ਖੋਲਣਾ ਹਰ ਮਹਾਲੇ 'ਚ ਹਰ ਪਿੰਡ ਦੀ ਪੱਤੀ 'ਚ ਖੋਲਣ ਦੀ ਲੋੜ ਹੈ ਉਹਦੇ ਵਾਸਤੇ ਆਸ਼ਾ ਵਰਕਰ ਲੋੜ ਨੇ ਤੁਸੀਂ ਆਸ਼ਾ ਲਾ ਦਿਓ 20000 ਆਸ਼ਾ ਹੈ 70 75000 ਆਸ਼ਾ ਲੱਗ ਜੂਗੀ ਸਾਰੀ ਮਹੱਤਤਾ ਚਿਆਨ ਤਵੀ ਬਿਨਾਂ ਚੁਈ ਤੁਹਾਡੇ ਕੋਲ ਫਰਸਟ ਐਡ ਦੇਣ ਵਾਸਤੇ ਇੱਕ ਕਲੀਨਿਕ ਹੋਏਗਾ ਉਹਨੂੰ ਕੁਆਲੀਫਾਈ ਉੱਥੇ ਜਾ ਕੇ ਟਿਪਟਿ ਕਰਾ ਲੈ ਕਰੋ ਛੋਟੀ ਮੋਟੀ ਦੁੱਖਾ ਜਿਹੜਾ ਉੱਥੇ ਦੂਰ ਹੋਣ ਲੱਗ ਜੇਗਾ ਮਹੱਲਾ ਕਿ ਜਨਕੀ ਵੀ ਹੋ ਗਿਆ ਉਹਦੇ ਤੇ ਸਾਰੇ 200 ਕਰੋੜ ਰੁਪਏ ਖਰਚ ਹੁੰਦਾ ਹੈ ਸਾਲ ਦਾ ਜਿਹੜਾ ਉਹਨੂੰ 25000 ਰੁਪਏ ਦੇ ਕੇ 2500 ਹੀ ਕਹਿੰਦੇ ਨੇ ਦੇਣ ਨੂੰ ਜਿਹਨਾਂ ਨੂੰ 5000 ਦੇਣਾ ਉਹਦੇ ਤੇ 400 ਕਰੋੜ ਰੁਪਏ ਖਰਚ ਹੋਣਾ ਹੈ ਉਹ ਕਿਹੜੇ ਹੋ ਸਕਦੇ ਨੇ ਜਿਹੜੇ ਰੋਜ਼ ਮਾਸਟਰ ਕ ਜਨ ਸਾਨੂੰ ਜੀ ਦੂਜੇ ਗਾਇਰ ਵਿੱਚ ਕਮਾਤੇ ਲਾਤਾ ਇੱਕ ਇੱਕ ਬੰਦੇ ਨੂੰ ਕਹੋ ਵੀ ਤੂੰ ਭਾਈ 500 500 ਬੰਦੇ ਦਾ ਡਾਟਾ ਤਾਂ ਹੈ ਇੱਕ ਵਾਰੀ ਫੀਡ ਕਰ ਲਾਉਦੇ ਐ ਇੰਨੇ ਪੈਸੇ ਉਦੋਂ ਮੁੜ ਕੇ ਤਾਂ ਇਹਨੂੰ ਅਪਗ੍ਰੇਡ ਕਰੀ ਜਾਣਾ ਤੈਨੂੰ ਅਸੀਂ 5000 ਰੁਪਏ ਮਹੀਨਾ ਦੇ ਦੇ ਕਰੀ ਗੋ ਆਪਦਾ ਕੰਪਿਊਟਰ ਰੱਖ ਲੈ ਆਪਦੇ ਪਿੰਡ ਚ ਜਿਹੜਾ ਕੋਈ ਸਰਟੀਫਿਕੇਟ ਕਢਾਉਣਾ ਹੋਵੇ ਉਹਦੇ ਪੈਸੇ ਲੈ ਲਿਆ ਕਰੇ ਉਹ ਸੈਲਫ এমਪਲॉयਮੈਂਟ ਹੋ ਗਈ 60000 ਬੰਦਾ ਉਹਦੇ ਚ ਰੁਜ਼ਗਾਰ ਮਿਲਦਾ ਫਿਰ ਐਸੇ ਨੇ ਕਿ ਤੁਸੀਂ ਲੋਕਾਂ ਨੂੰ ਇੱਕ ਅਵੇਅਰਨੈਸ ਦੇਣੀ ਹੈ ਜਿਹੜੀ ਇਹਨਾਂ ਨੂੰ ਹੈ ਨਹੀਂ ਆ ਗ੍ਰਾਮ ਸਭਾਵਾਂ ਕੇ ਮੇਂ ਬੰਨ ਕੋ ਰਣ ਉਹਦੇ ਵਾਸਤੇ ਤੁਸੀਂ 5-500 ਦੇ ਵਾਸਤੇ ਇੱਕ ਇੱਕ ਤੁਸੀਂ ਬੰਦਾ ਰੱਖ ਲਓ ਵੀ ਤੁਸੀਂ ਜਾ ਕੇ ਸਾਰੀ ਹੋਏ ਨਿਸਕੰਪਲੇਨ ਕਰਨੀ ਹੈ ਠੀਕ ਹੈ ਉਹਦੇ ਨਾਲ ਉਹ ਆਵੇ ਨੇ ਇੱਕ ਹੈਲਥ ਦੇ ਵਾਸਤੇ ਤੁਸੀਂ ਉਹ ਤਾਂ ਕਰ ਹੋਈ ਹੈਲਥ ਦੇ ਤਾਂ ਸੋ ਇਸ ਤਰੀਕੇ ਨਾਲ ਜਿਹੜੇ ਤੁਸੀਂ ਅੱਜ ਸਕੂਲ ਜਿਹੜੇ ਸਕੂਲਾਂ ਤੁਸੀਂ ਵੇਸਟੇਜ ਕਰ ਰਹੇ ਹੋ ਸਮੇਂ ਨੂੰ ਉਹਨੂੰ ਵੇਸਟ ਕਰਨ ਦੀ ਬਜਾਏ ਵੱਡੇ ਸਕੂਲ ਬਣਾਓ ਉੱਥੇ ਬਸਾਂ ਦਿਓ ਮੀਨੀ ਬਸਾਂ ਲੈਣ ਨੂੰ ਕਹੋ ਵੀ ਤੁਸੀਂ ਪਰਮਿਟ ਦੇ ਦਿਓ ਥੋੜੇ ਜਿਹੇ ਸਸਤੇ ਪੈਸੇ ਨਾਲ ਵੀ ਆ ਬੱਚਿਆਂ ਨੂੰ ਤੁਸੀਂ ਛੱਡ ਕੇ ਆਉਂਗੇ ਲੈ ਕੇ ਆਉਂਗੇ ਕੋਈ ਬੱਚੇ ਨੂੰ ਟੁਰਨਾ ਨਾ ਪਵੇ ਉਹਦੇ ਘਰ ਰਸਾਰੇ ਦੀ ਬਸ ਜਿਵੇਂ ਜਿਹੜੀਆਂ ਸੋ ਕਾਲਡ ਪ੍ਰਾਈਵੇਟ ਸਕੂਲਾਂ ਦੀਆਂ ਨੇ ਸਾਰੀ ਬੱਸ ਉਹਦੇ ਘਰ ਉਤਾਰੇਗੀ ਉਹਨੂੰ ਦੇ ਉਹਨੇ ਕਪੈਸੇ ਦੇ ਦਿਓ ਬਾਕੀ ਬੱਸ ਉਹ ਉਦਾਂ ਚਲਾਈ ਜਾਵੇ ਉਹ ਤੋਂ ਕੋਈ ਨਾ ਟੈਕਸ ਲੈਣਾ ਨਾ ਉਹਨੂੰ ਕੁਝ ਦੇਣਾ ਉਹ ਸੌਖਾ ਕੰਮ ਹੈ ਉਹ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਗਿਆ ਮੈਨੂੰ ਦੱਸਾਂ ਦੇ ਨਾਲ ਸੋ ਤੁਸੀਂ ਰੈਗੂਲੇਟ ਕਰਕੇ ਜਾਓ ਔਰ ਸੋਣਾ ਜਿਹੜਾ ਕਹਿੰਦੇ ਨਾ ਕੈਲੀਫੋਰਨੀਆ ਫਲਾਣਾ ਉਹ ਕੈਲੀਫੋਰਨੀਆ ਵਰਗਾ ਹੀ ਹੋ ਜਾਣਾ ਹੈ ਕਿਉਂਕਿ ਜਦ ਤੁਸੀਂ ਵਧੀਆ ਬਾਸ ਚ ਰੰਗਦਾਰ ਜਾਂਦੇ ਆ ਕੱਪੜਿਆਂ ਨਾਲ ਜਾਂਦਾ ਬੱਚਾ ਹੈ ਉਹਨੂੰ ਪੈਸੇ ਮਿਲਦੇ ਨੇ ਉਹ ਆਪਦੀ ਅੰਖ ਨਾਲ ਕੰਮ ਕਰ ਰਿਹਾ ਹੈ ਉਹਨੂੰ ਕੋਈ ਟੋਕਣ ਵਾਲਾ ਨਹੀਂ ਹੈ ਫਿਰ ਆਪੀ ਉਹਦੀ ਇੱਜ਼ਤ ਹੈ ਹਾਂ ਹਰੇਕ ਨੂੰ ਛੋਟੇ ਛੋਟੇ ਘਰ ਬਣਾਉਣ ਦਾ ਪ੍ਰੋਵੀਜ਼ਨ ਕਰ ਦੋ ਵੀ ਕੋਈ ਨਹੀਂ ਤੁਸੀਂ ਘਰ ਬਣਾਓ ਉਹ ਜੇ ਅਸੀਂ ਸਰਕਾਰ ਤੋਂ ਉਂਵਿਟਾ ਜਿਹੜੇ ਵੱਡੀ ਡਾਨੀ ਪੈਸੇ ਲਾ ਕੇ ਭੱਜ ਜਾਂਦੇ ਨੇ ਬੈਂਕਾਂ ਚੋਂ ਕਰਜ ਜਵਾਦੋ ਉਹਨਾਂ ਨੂੰ ਵੀ ਭਾਈ ਆਪ ਦਾ ਘਰ ਬਣਾ ਲਓ ਕੋਈ ਨਹੀਂ ਸਾਫ ਘਰ ਬਣਾ ਲਓ ਸੋ ਇਹ ਕੋ ਖਕਮ ਨਹੀਂ ਹੈ ਇਹਨੂੰ ਸੱਚਮੁੱਚ ਹੀ ਵਧੀਆ ਬਣਾਇਆ ਜਾ ਸਕਦਾ ਪੰਜਾਬ ਨੂੰ ਸੱਚਮੁੱਚ ਹੀ ਰਜਗਾਰ ਦਿੱਤਾ ਜਾ ਸਕਦਾ ਏਨੇ ਬੰਦਿਆਂ ਨੂੰ ਜਿਹੜਾ ਤੁਸੀਂ ਕਹਿਣਾ ਨਾ 20 ਲੱਖ ਨੂੰ ਕਹਿੰਦੇ ਹੋ ਮੈਂ ਕਹਿੰਦਾ 33 ਲੱਖ ਨੂੰ ਰਜਗਾਰ ਦਿੱਤਾ ਜਾਂਦਾ 35 ਲੱਖ ਨੂੰ ਇਹ ਕੋ ਔਖਾ ਕੰਮ ਨਹੀਂ ਹੈ ਸਵਾਲ ਇਹ ਕੀ ਤੁਹਾਡੀ ਇੱਛਾ ਹੈਗੀ ਹੈ ਕੀ ਤੁਹਾਡੀ ਯੋਜਨਾ ਬੰਦੀ ਹੈਗੀ ਹੈ ਬ ਕੀ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਕੱਲ ਕਿਸ ਨੂੰ ਚਾਹ ਰਹੋਂ ਵੀ ਦੇਖੋ ਬਈ ਗੱਲ ਇਹ ਆ ਹੈ ਨਾ ਜੀ ਹੁਣ ਸਾਰੇ ਕੀ ਆ ਸਾਡੇ ਵੱਡੇ ਵੱਡੇ ਜਿਹੜੇ ਕਹਿੰਦੇ ਨੇ ਵੀ ਅਸੀਂ ਲੋਕਾਂ ਦਾ ਸੁਧਾਰ ਕਰਨ ਆ ਲਿਆ ਜੋ ਕਿਸੇ ਸਾਂਝੇ ਕੰਮ ਤੇ ਲਾ ਕੇ ਉੱਚ ਉਹਨਾਂ ਨੇ ਮਨਮਰਜ਼ੀ ਕਰ ਲਈ ਲੋਕ ਉਹਨਾਂ ਨਾਲ ਜਿਹੜੇ ਰਲਦੇ ਨੇ ਉਹ ਛੱਡ ਜਾਂਦੇ ਨੇ ਜੇ ਉਹਨਾਂ ਨੇ ਆ ਪਲਾਟ ਫਲੂਟ ਦੇਣ ਦੀ ਗੱਲ ਕਰਨੀ ਤਾਂ ਉੱਥੇ ਵੀ ਹੀ ਰੱਖੀ ਹੋਗੀ ਤਾਂ ਵੀ ਚੁੱਪ ਕਰ ਗਏ ਫਿਰ ਜਦ ਤੁਸੀਂ ਆਪਦੇ ਬੰਦਿਆਂ ਨੇ ਜਦ ਹੀਰਾ ਫੇਰੀ ਕਰ ਲਈ ਉਦੋਂ ਚੁੱਪ ਕਰਨਾ ਹੈ ਤੇ ਫਿਰ ਅਨਸਾਹ ਨਹੀਂ ਹੋ ਸਕਦਾ ਜੇ ਕਾਬੇ ਚੋਂ ਕੁਫਰ ਨਿਕਲੂ ਫਿਰ ਸੱਚ ਨਹੀਂ ਹੋ ਸਕਦਾ ਸੋ ਜੇ ਗਦੀ ਮਾਰੀ ਸਾਡੇ ਆਨੰਦ ਕੋਪ ਤਾਂ ਗਦੀ ਮਾਰੀ ਦਾ ਨਹੀਂ ਕੋਈ ਦੋਸ਼ ਇਹ ਕਰਨਾ ਹੈ ਫਿਰ ਇਹ ਠੀਕ ਨਹੀਂ ਹੋਣਾ ਜੇ ਤੁਸੀਂ ਲਾ ਕੇ ਗੱਲ ਕਰਨੀ ਹੈ ਵੀ ਆਹ ਪਾਰਟੀ ਹੈ ਇਹਨੂੰ ਆਪਾਂ ਮਾਰਾ ਕਹਿਣਾ ਆ ਚੰਗੀ ਹੈ ਇੱਕ ਜਿਹੜੇ ਕਮਿਊਨਲਿਜ਼ਮ ਫੜਾਉਂਦੇ ਨੇ ਉਹ ਜਿਹੜਾ ਮਰਜੀ ਫੜਾਵੇ ਉਹਨੂੰ ਕਹਾਂਗੇ ਡਟ ਕੇ ਕਹਾਂਗੇ ਉਹਨੂੰ ਬੀਜੇਪੀ ਫੜਾਉਂਦੀ ਆ ਛੜਿਆਂ ਫੜਾਉਂਦੀ ਆ ਪਰ ਜੇ ਕੋਈ ਕਹੇ ਆਕਾਲੀ ਕਮਿਊਨਲਿਜ਼ਮ ਫੜਾਉਂਦੇ ਨੇ ਇਹ ਮੈਂ ਨਹੀਂ ਮੰਨਣ ਤਿਆਰ ਜੀ ਪਰ ਭਾਪੀ ਜੇ ਪਾਰਟੀ ਫੜਾਉਂਦੀ ਆ ਆਰਐਸਐਸ ਜੇ ਪਾਰਟੀ ਫੜਾਉਂਦੀ ਆ ਮੈਂ ਬੋਲਾਂਗਾ ਪਰ ਜਿਹੜੇ ਗੱਲ ਤੁਸੀਂ ਉਹ ਵੀ ਕਿਉਂਕਿ ਮਤਭੇਦ ਮਤਬੇਦ ਕਰਕੇ ਤੁਸੀਂ ਇਵਨ ਬੀਜਪੀ ਜੇ ਬੀਜਪੀ ਕੋਈ ਚੰਗਾ ਕੰਮ ਕਰ ਦੇ ਜਿਛੰਗਾ ਹਾਂ ਠੀਕ ਹੈ ਜੋ ਮੇਰੀ رائے ਵੀ ਕੁਝ ਦਿਨ ਕਦੇ ਮੈਂ ਕਹਿੰਦਾ ਹਾਂ ਐਂ ਕਰ ਲੋ ਅਰ ਮੇਰੀ ਮੰਨਦੇ ਵੀ ਨੇ ਕਈ ਵਾਰੀ ਕਿਉਂਕਿ ਚੰਗਾ ਕੰਮ ਕੋਈ ਵੀ ਕਰੇ ਮੇਰਾ ਇੱਕੋ ਹੀ ਸਮਾਂ ਹੈ ਪੰਜਾਬ ਦੇ ਵਿਕਾਸ ਵਾਸਤੇ ਬੀਜਪੀ ਕਰੇ ਕਾਲੀਕਰਨ ਜਾਂ ਕਾਂਗਰਸੀਕਰਨ ਜਾਂ ਆਪ ਵਾਲੇ ਕਰਨ ਮੈਨੂੰ ਕੋਈ ਪ੍ਰਾਧਨ ਨਹੀਂ ਹੈ ਮੈਂ ਹਰੇਕ ਨਾਲ ਕੋਆਪਰੇਟ ਕਰਦਾ ਬਹੁਤੀ ਗੱਲ ਇਹ ਵੀ ਮੈਂ ਕਹਿਣ ਚਾਹ ਰਾਂ ਮੈਨੂੰ ਕਈ ਪੁੱਛਦੇ ਪਾਸੇ ਵੀ ਨੇ ਇਹਨਾਂ ਦੇ ਸਾਰਿਆਂ ਦੇ ਬੰਦੇ ਪੁੱਛ ਪੁੱਛਦੇ ਨੇ ਕਦੇ ਥੋੜਾ ਬਹੁਤਾ ਕਿ ਮੈਂ ਕਦੇ ਕਿਸੇ ਨੂੰ ਗਲਤ رائے ਵੀ ਨਹੀਂ ਦਿੰਦਾ ਨਾ ਮੈਂ ਦੇਣੀ ਹੈ ਗਲਤ رائے ਕਿਉਂਕਿ ਵੀ ਇਸ ਕਰਕੇ ਕਿਉਂਕਿ ਮੈਂ ਤਾਂ ਭਾਜੀਪੀ ਦੇ ਰੋਲੇ ਖੜਾ ਬੋਲਣਾ ਜੇ ਭਾਜੀਪੀ ਦੇ ਕਿਸੇ ਚੰਗੇ ਕਿਸੇ ਬੰਦੇ ਨੇ ਮੈਨੂੰ ਪੁੱਛਿਆ ਵੀ ਇਹਦਾ ਹੱਦ ਦੱਸੋ ਤੇ ਉੱਥੇ ਮੈਂ ਉਹਨੂੰ ਪੁੱਠਾ ਦੱਸਾਂ ਨਾ ਬਿਲਕੁਲ ਨਹੀਂ ਦੱਸਾਂ ਪੁੱਠਾ ਉਹਨੂੰ ਠੀਕ ਗੱਲ ਕਹਿਣੀ ਆ ਕਿਉਂਕਿ ਉਹਨੇ ਮੈਨੂੰ ਜਿਹੜੀ ਗੱਲ ਪੁੱਛੀ ਆ ਉਹਦਾ ਠੀਕ ਜਵਾਬ ਦੇਣਾ ਜਿਹੜਾ ਉਹਦੀ ਪਾਰਟੀ ਦੇ ਵੀ ਹਿੱਤ ਚ ਰਹ ਲੋਕਾਂ ਦੇ ਹਿੱਤ ਚ ਹੋਵੇ ਇਹ ਮੇਰੀ ਡਿਊਟੀ ਹੈ ਜੇ ਮੈਂ ਨਹੀਂ ਦਿੰਦਾ ਤਾਂ ਬੇਈਮਾਨੀ ਹੋਏਗੀ ਇਹ ਇਸੇ ਕਰਕੇ ਤਾਂ ਭਾਬੇ ਨਾਨਕ ਨੇ ਇਹੀ ਕਿਹਾ ਹੈ ਉੱਪਰ ਉੱਠੋ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਸ਼ੁਰੂ ਕਰੋ ਜੀ ਸੋ ਜਿਹੜਾ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਹੈ ਇਹ ਕਹਿਣਾ ਤਾਂ ਸੌਖਾ ਹੈ ਕਹਿਣ ਚ ਕੋਈ ਔਖਾ ਕੰਮ ਨਹੀਂ ਇਹਨੂੰ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਹਾਡਾ ਜੀਆ ਬੰਦਾ ਮਾਰਾ ਯਾਰ ਇਹ ਬੰਦੇ ਨੇ ਮੈਨੂੰ ਫਲਾਣੇ ਦੀ ਗਾਲ ਕੱਢੀ ਸੀ ਇਹ ਬੰਦੇ ਨੇ ਤਾਂ ਮੈਨੂੰ ਐ ਕਿਹਾ ਸੀ ਇਹਨੇ ਤਾਂ ਮੇਰੇ ਖਿਲਾਫ ਪੋਸਟ ਪਾਈ ਸੀ ਫਿਰ ਤੋਂ ਦੇ ਮਨਕੇ ਤੁਸੀਂ ਉਹ ਤੋਂ ਅੱਖਾਂ ਵਿੱਚ ਨਹੀਂ ਹੁੰਦੀਆਂ ਬਾਬੇ ਨਾਨਕ ਜੀ ਤੇਰਾ ਤੇਰਾ ਕਿਆ ਸੀ ਉਹ ਇਸੇ ਵਾਰੀ ਕਿਹਾ ਸੀ ਸਭ ਉਸਦੇ ਲਈ ਹੈ ਸਭ ਲੋਕਾਂ ਦੇ ਹੈ ਲੋਕਾਂ ਨੂੰ ਹੀ ਦੇਜੋ ਸੋ ਇਸ ਕਰਕੇ ਇਹ ਸਭ ਕੁਝ ਹੋ ਸਕਦਾ ਪੰਜਾਬ ਚ ਪੰਜਾਬ ਸੱਚੀ ਮੁੱਚੀ ਸੋਨੇ ਦੀ ਚਿੜੀਆ ਬਣ ਸਕਦਾ ਹੈ ਔਰ ਕੇਂਦਰ ਦੇ ਅੱਗੇ ਹੱਥ ਟੱਡਣ ਦੀ ਲੋੜ ਹੀ ਨਹੀਂ ਹੈ ਕੇਂਦਰ ਨੂੰ ਅੱਖ ਚੱਕ ਪਾ ਕੇ ਗੱਲ ਕਰੀ ਜਾ ਸਕਦੀ ਹੈ ਵੀ ਬਿਲਕੁਲ ਨਹੀਂ ਅਸੀਂ ਕੋਈ ਮੰਗਦੇ ਨਹੀਂ ਆ ਸਾਡਾ ਹੱਕ ਹੈ ਅਸੀਂ ਲੈ ਕੇ ਛੱਡਾਂਗੇ ਪਰ ਪਹਿਲਾਂ ਅਸੀਂ ਆਪ ਦਾ ਘਰ ਸੁਧਾਰ ਲਈਏ ਸੁਧਾਰ ਸਕਦੇ ਆਂ ਜੇ ਤੁਸੀਂ ਉਹ ਕਰਜ਼ਾ ਦੇ ਕੀ ਕੰਮ ਚੜਾਈ ਜਾਂਦਾ ਜਿਵੇਂ ਹੁਣ 3 ਲੱਖ ਮੇਰੇ ਖਿਆਲ 15000 ਕਰੋੜ ਦਾ ਤਾਂ ਹੋ ਗਿਆ 16000 ਕਰੋੜ ਦਾ ਜੇ 316 ਦਾ ਅੱਗੇ ਜਾ ਕੇ ਜੇ ਇਹੀ ਕੁਝ ਅੱਗਦਾ ਰਿਹਾ ਤੁਸੀਂ ਦੇਖੋ ਜਿੱਦ ਦਿਨ ਇਹ ਸਰਕਾਰ ਜਾਊਗੀ ਉਸ ਦਿਨ ਵਿੱਚ 7.5 ਲੱਖ ਕਰੋੜ ਹੋ ਜਾਣਾ ਦੇਖੋ ਸਹੀ ਤੁਸੀਂ 3 ਲੱਖ ਕਰੋੜ ਤੋਂ ਕਿਉਂਕਿ ਪਿਛਲੀ ਸਰਕਾਰ ਨੇ ਵੀ ਇੰਹੀਂ ਕਰਿਆ 5 ਸਾਲਾਂ ਚ ਲੱਖ ਕਰੋੜ ਤੋਂ ਉੱਪਰ ਚੜਾਤਾ ਉਹਨੇ 1 ਲੱਖ 2 ਲੱਖ 82000 ਕਰੋੜ ਇਹਨਾਂ 1 ਲੱਖ 8000 ਕਰੋੜ ਜੀ ਤੇ 3 ਲੱਖ 17000 ਕਰੋੜ ਹੋ ਗਿਆ 16000 ਤੇ ਲਾਡੋ ਸਾਹਿਬ ਕਿੰਨਾ ਹੋ ਗਿਆ 1.30 1.19 ਤੇ 1.34 1.34 ਹਜ਼ਾਰ ਕਰੋੜ ਦਾ ਹੋ ਗਿਆ ਇਹ ਪਿਛੇ 5 ਸਾਲਾਂ ਦੀ ਸਰਕਾਰ ਦਾ ਇਹਨਾਂ ਦਾ ਡੂਡਕ ਰੋਲ ਹੋਏਗਾ ਤੁਸੀਂ ਦੇਖ ਲਓ ਜਾਈ ਜੇ ਅਹੀਂ ਚੱਲਣਾ ਹੈ ਬਿਅਰ ਨੂੰ ਵੀ ਦੇ ਦੋ ਉਹ ਵੀ ਕਰ ਦੋ ਆ ਵੀ ਬਿਨਾਂ ਸੋਚੇ ਸੰਜੇ ਬਿਨਾਂ ਸਾਹ ਲਾਇ ਕਰੀ ਜਾਨਾ ਫਿਰ ਤਾਂ ਠੀਕ ਹੈ ਫਿਰ ਤਾਂ ਖੂ ਖਾਲੀ ਹੋ ਜਾਂਦੇ ਨੇ ਆਕਲਾ ਬਾਜੋਂ ਖੂ ਖਾਲੀ ਇਹ ਖੂ ਖਾਲੀ ਹੋ ਜਾਂਦੇ ਨੇ ਫਿਰ ਤਾਂ ਨਹੀਂ ਇਹ ਪੰਜਾਬ ਚ ਕੋਈ ਘਾਟਾ ਨਹੀਂ ਪੰਜਾਬ ਦੇ ਲੋਕ ਮਿਹਨਤੀ ਨੇ ਬੇਈਮਾਨ ਕੁਝ ਬੰਦੇ ਨੇ ਬੇਈਮਾਨ ਨੂੰ ਇਹ ਦੱਸਣਾ ਹੁੰਦਾ ਵੀ ਪ੍ਰੀਖਾ ਨਾ ਰੱਖਿਓ ਹੁਣੇ ਕੰਮ ਨਹੀਂ ਚੱਲਦਾ ਜੇ ਤਾਂ ਤੁਸੀਂ ਪਾਉਂਗੇ ਡੰਡਾ ਲੈ ਕੇ ਪਿੱਛੇ ਫਿਰ ਤਾਂ ਪਿਛਲਾ ਤਾਂ ਹਰੇਕ ਦੇ ਤੁਸੀਂ ਦੇੜੀ ਜਾਓਗੇ ਫਿਰ ਤਾਂ ਮੁੱਕrani ਫਿਰ ਤਾਂ ਦੀਰਾਂ ਦੀ ਖਦੋ ਜੇ ਤੁਸੀਂ ਇਹ ਫੈਸਲਾ ਕਰ ਲੋਗੇ ਵੀ ਨਾ ਵੀ ਹੁਣ ਤੱਕ ਜੋ ਕਰ ਲਿਆ ਕਰਨਾ ਤੁਹਾਨੂੰ ਕੁਝ ਨਹੀਂ ਕਹਿਣਾ ਸੀ ਹੁਣ ਜੇ ਕਰੋਗੇ ਅਸੀਂ ਛੱਡਣਾ ਨਹੀਂ ਔਰ ਸੱਚੀ ਮੁੱਚੀ ਨਹੀਂ ਛੱਡਣਾ ਫਿਰ ਫਿਰ ਠੀਕ ਹੈ ਫਿਰ ਹੋ ਜਾਊਗਾ ਆਦ ਪਟਵਾਰਾ ਲੈਣ ਵਾਲਾ ਜਿਹੜੇ ਲੈਵਨਿਊ ਆਲੇ ਨੇ ਜਿਹੜੇ ਬਹੁਤੇ ਜ਼ਿਆਦਾ ਪੂਛ ਚੱਕੀ ਫਿਰਦੇ ਨੇ ਇਹਨੂੰ ਕਹਿ ਦੇਣਾ ਚੱਕ ਪਾ ਕੇ ਇੱਕ ਵਾਰੀ ਬਣਾ ਕੇ ਆਪਨੇ ਕਹਿੰਦੀ ਲੋੜ ਮੈਨੂੰ ਇੱਕ ਵਾਲੀ ਆ ਪਿਛਲੀ ਸਰਕਾਰ ਵਾਲੀ ਦੀ ਗੱਲ ਹੈ ਜਿਹੜੀ ਆ ਕੈਪਟਨ ਤੋਂ ਪਹਿਲੀ ਸਰਕਾਰ ਸੀ ਬਾਦਲ ਸਾਹਿਬ ਵਾਲੀ ਉਹਦੇ ਚ ਬੀਜਪੀ ਦੇ ਮੰਤਰੀ ਬਹੁਤ ਤੰਗ ਸੀਗਾ ਇੱਕ ਬਿਊਰੋਕਰੇਟ ਨੂੰ ਬਹੁਤ ਤੰਗ ਕਰਦਾ ਸੀ ਹੋਰ ਸੀ ਮੈਨੂੰ ਪੁੱਛਿਆ ਕਿਸੇ ਵੀ ਮੰਤਰੀ ਦਾ ਹਾਲ ਬੜਾ ਤੰਗ ਬੜਾ ਕਰਦੇ ਨੇ ਮੈ ਖਾਤਿਰ ਕੇ ਤੇ ਮਿੰਟਲ ਜੀ ਸਿੱਧੇ ਹੋ ਜਾਣਗੇ ਕਰ ਲਿਓ ਨਹੀਂ ਸੀ ਬਈ ਉਹਨੇ ਮੈ ਕਮੈਂਟ ਕਰਿਓ ਆਪ ਇਹ ਗੱਲ ਨਹੀਂ ਕਰਨੀ ਸੀ ਹਾਲਾਂਕਿ ਮੇਰਾ ਬੀਜਪੀ ਦੀ ਮੰਤਰੀ ਬਹੁਤ ਮਾੜਾ ਤਜਰਬਾ ਮੈਂ ਉਸ ਮੰਤਰੀ ਨੂੰ ਕਦੇ ਮਿਲਿਆ ਵੀ ਨਹੀਂ ਇਹ ਵੀ ਤੁਹਾਨੂੰ ਦੱਸ ਦਿੰਦਾ ਫਿਰ ਕਿਉਂਕਿ ਜੋਨੇ ਰਾਇ ਪੁੱਛਿਆ ਮੈਂ ਠੀਕ رائے ਦੇਣੀ ਹੈ ਅਰ ਉਹਨੇ ਕਰਿਆ ਫਿਰ ਉਹ ਮੈਂ ਕਿਹਾ ਪੁੱਛ ਲੋ ਵੀ ਉਹਨੂੰ ਹਿੰਮਤ ਹੈਗੀ ਆ ਕਿਉਂਕਿ ਹਿੰਮਤ ਵੀ ਲੋੜ ਹੁੰਦੀ ਆ ਨਾ ਉਹ ਕਹਿੰਦਾ ਹਿੰਮਤ ਬਹੁਤ ਹੈ ਮੈਂ ਵੀ ਠੀਕ ਹੈ ਆ ਕਰ ਦੋ ਸੋ ਤਰੀਕਾ ਹੁੰਦਾ ਹੈ ਅੱਜ ਇਹ ਰੈਵਨਿਊ ਵਾਲਾ ਨੂੰ ਕਹਿ ਦੇਣਾ ਰੈਵਨਿਊ ਕਮਿਸ਼ਨਰ ਨੂੰ ਕਹਿ ਦੇਣਾ ਪੈਨਸ਼ਨ ਕਮਿਸ਼ਨਰ ਰੈਵਨਿਊ ਪੰਜਾਬ ਦਾ ਬੜੀ ਵੱਡੀ ਪੋਸਟ ਹੁੰਦੀ ਹੈ ਕਿਸੇ ਜ਼ਮਾਨੇ ਚ ਸੀ ਸੈਕਟਰੀ ਤੋਂ ਉੱਤੇ ਹੁੰਦੀ ਸੀ ਫਲੇਕਚਰ ਲੱਗਿਆ ਹੁੰਦਾ ਸੀ 3000 ਬੇਸਿਕ पे ਸੀ ਉਹਦੀ ਕੀਪ ਸੈਕਟਰੀ ਜਦੋਂ 270 ਕਿ ਇਹ ਬਲਾ ਕੇ ਉਹਨੂੰ ਕਹਿ ਦੇਣਾ ਵੀ ਇਹਨਾਂ ਨੂੰ ਸਿੱਧੇ ਕਰ ਦੇ ਨਹੀਂ ਫਿਰ ਅਸੀਂ ਸਿੱਧੇ ਕਰਾਂਗੇ ਔਰ ਸਿੱਧੇ ਕਰਨ ਦਾ ਤਰੀਕਾ ਉਹਨਾਂ ਚਾਹੁੰਦਾ ਵੀ ਬਹਿ ਜੋ ਕਰੇ ਤੋ ਤੋ ਕੋਈ ਕੰਮ ਨਹੀਂ ਲੈਣਾ ਤੂੰ ਨੂੰ ਤਨਖਾਹ ਦੇਾਂਗੇ ਘੜੀ ਪਹੁੰਚੂਗੀ ਤਨਖਾਹ ਦੇਜੋ ਕੁਝ ਨਹੀਂ ਕਰਨਾ ਦੇਖੋ ਜੀ ਨਾ ਚਾਰਜਿੰਗ ਕੋਈ ਕਹਿੰਦਾ ਤਨਖਾਹ ਨਾ ਸਰਦੇ ਨੇ ਉਹ ਤਾਂ ਉਤਨੀ ਕਮਾਈ ਦੇ ਉੱਤੇ ਤਾਂ ਪਾਲਦੇ ਨੇ ਰੋਜ਼ ਜਿਹੜਾ ਥੱਬਾ ਨੋਟਾਂ ਦਾ ਜੇਬ ਚ ਪਾ ਕੇ ਲੈ ਕੇ ਜਾਂਦੇ ਨੇ ਰੋਜ਼ ਹੈ ਉਹ ਕਿੱਥੋਂ ਆਊਗਾ ਉਹ ਇਹਨਾਂ ਨੂੰ ਤਾਂ ਮਿਸਤਾਂ ਲੱਗਣ ਲੱਗ ਜਾਂਦੀਆਂ ਇਹਨਾਂ ਨੂੰ ਇੱਕ ਵਾਰੀ ਕਰਕੇ ਤਾਂ ਦਿਖਾਓ ਇਹ ਮੈਂ ਕਰਕੇ ਲਿਖਿਆ ਕਿਉਂਕਿ ਮੈਂ ਹਸਪਤਾਲਾਂ ਪਾਵੇਂ ਉਹ ਛੁੱਟੀਆਂ ਪਾਸਤਾ ਹੁੰਦੀਆਂ ਨੇ ਉੱਥੇ ਵੀ ਮੈਂ ਦੇਖਿਆ ਕਿਉਂਕਿ ਹੇਰਾ ਤੇਰੀ ਕੀ ਚੱਲਦੀ ਨਹੀਂ ਬੰਦਨ ਦੇਖ ਲੋ ਵਿੱਚ ਇੱਥੋਂ ਇਹ ਫੇਰੀ ਕਰਦਾ ਉਹਨੂੰ ਉੱਥੋਂ ਟਾਪ ਕੋ ਕੋਈ ਨਹੀਂ ਤੇ ਤੂੰ ਖਾ ਕੇ ਮ ਉਹ ਪੰਨ ਤੂੰ ਜਾ ਕੋਈ ਤੇ ਕੰਮ ਲੈ ਨਾ ਨਾ ਪਾ ਤੇਨੂੰ ਤਾਂ ਹामੇ ਲੀਆ ਢੀੜੀ ਤੇ ਡਿਊਟੀ ਉਹੀ ਲੈਵੇ ਹੈ ਨਾ ਜਾਂ ਤੈਨੂੰ ਵੀ ਲੈ ਛੱਡ ਰਿਹਾ ਮਾ ਕੋਈ ਗੱਲ ਨਹੀਂ ਕੋਈ ਨਹੀਂ ਸੁਤਾਨਾ ਕਹਿਣਾ ਇਹ ਕਰਕੇ ਲਿਖਿਆ ਮੈਂ ਔਰ ਕਨੇ ਕਨੇ ਜਿਹੜੇ ਵੱਡੇ ਵੱਡੇ ਲੀਡਰ ਕਹਉਂਦੇ ਸੀ ਆਪਦੇ ਆਪ ਨੂੰ ਪੰਜਾਬ ਦੇ ਲੀਡਰ ਕਹਿੰਦੇ ਸੀ ਉਹਨਾਂ ਨੂੰ ਵੀ ਸੈੱਟ ਕਰਿਆ ਬਈ ਨਾ ਆਏ ਨਹੀਂ ਪਗਣਾ ਕੰਮ ਸਕੇਣਾ ਹੀ ਪਊਗਾ ਹੁਣੇ ਕੀ ਹੈ ਮਟਵਾਲੀਆਂ ਨੇ ਕਹਿੰਦਾ ਅਸੀਂ ਹੜਤਾਲ ਕਰ ਦਾਂਗੇ ਜੀ ਰੇਬਣਾ ਅਸੀਂ ਹੜਤਾਲ ਕਰ ਦਾਂਗੇ ਜੀ ਤੁਹਾਨੂੰ ਹਿੰਮਤ ਕਰਨੀ ਪੈ ਜੇ ਇਦਾਂ ਹੜਤਾਲ ਕਰਨ ਦੀ ਐਡੇ ਥੱਬੇ ਤੁਸੀਂ ਨੋਟਾਂ ਦੇ ਲੈਣੇ ਲੋਕ ਤਰਾ ਤਰਾ ਕਰੀ ਜਾਂਦੇ ਨੇ ਇਹਦਾ ਨਾ ਲੋਕ ਹੀ ਨਹੀਂ ਹੈਗੇ ਇੱਕ ਦਸ ਗੱਲ ਕਾ ਕੇ ਆਪਣੀ ਗੱਲ ਖਤਮ ਕਰਾਂਗਾ ਇੱਕ ਵਾਰੀ ਇੱਕ ਕਿਸੇ ਪਾਰਟੀ ਦੀ ਮੰਤਰੀ ਸੀ ਉਹਨਾਂ ਦਾ ਸੀਗਾ ਕੋਈ ਕਾਲਜ ਉਹ ਬੱਚਿਆਂ ਨੂੰ ਖਰਾਬ ਕਰ ਰਹੇ ਸੀਗੇ ਬੱਚਿਆਂ ਤੋਂ ਪੈਸੇ ਪੂਏ ਲੈ ਲਏ ਤੇ ਉਹਨਾਂ ਦਾ ਧਾਕ ਲੈਣਾ ਹੋਏ ਫਾਰਮ ਭੇਜੇ ਨਾ ਜੁਨੀਵਰਸਿਟੀ ਨੂੰ ਰੜਾ ਪੜਿਆ ਮੈਂ ਕਿਹਾ ਬਿਲਕੁਲ ਨਹੀਂ ਮੈਂ ਰਜਿਸਟ੍ਰੇਸ਼ਨ ਅਸੀਂ ਰੋਟਾ ਉਹ ਜੀ ਤੁਹਾਡੀ ਸ਼ਿਕਾਇਤ ਮੈਂ ਕਰ ਦਉ ਹਿਊਮਨ ਰਾਈਟਸ ਨੂੰ ਮੇਰੀ ਸ਼ਿਕਾਇਤ ਕਰਤੀ ਵੂਮਨ ਕਮਿਸ਼ਨ ਨੂੰ ਮੇਰੀ ਸ਼ਿਕਾਇਤ ਕਰਤੀ ਇਹਨਾਂ ਜਿਆ ਪੁੱਠਾ ਬੋੜਾ ਮੈਂ ਲਿਖਤਾ ਵੀ ਮੈਂ ਤਾਂ ਕੋਈ ਪੁੱਠਾ ਬੋੜਾ ਨਹੀਂ ਮੈਂ ਤਾਂ ਆਖਿਆ ਸੀ ਗੰਦਲਾ ਕਰ ਦਉ ਤੁਸੀਂ ਮਾਹੌਲ ਇਹਨਾਂ ਦੀ ਜਿਹੜੀ ਵਾਈਸ ਪ੍ਰਿੰਸੀਪਲ ਆ ਉਹ ਕ੍ਰਿਸਚੀਅਨ ਹੈ ਉਹਨੂੰ ਪੰਜਾਬੀ ਆਉਂਦੀ ਨਹੀਂ ਉਹਨੇ ਗੰਦਲੇ ਨੂੰ ਫਿਲਤੀ ਬਣਾਤਾ ਵੀ ਮੈਨੂੰ ਫਿਲਤੀ ਕਿਹਾ ਮੈਂ ਨਹੀਂ ਕਿਹਾ ਮੈਂ ਸੱਚੀ ਮੱਚੀ ਗੰਦਰਾ ਹੀ ਕਿਹਾ ਸੀ ਕਿ ਪਾਰ ਇੱਕ ਲਾਈਨ ਹੋਰ ਮੈਂ ਨਹੀਂ ਵੀ ਮੈਂ ਡਿਫੈਂਸ ਵਾਸਤੇ ਇਹ ਸੱਤ ਲਿਖੇ ਵੀ ਪੂਰੀ ਡਿਫੈਂਸ ਨਹੀਂ ਹੈ ਦੂਜੀ ਲਾਈਨ ਜੋ ਮੈਂ ਲਿਖੀ ਉਹ ਮੈਂ ਕਿਹਾ ਨਾ ਵੀ ਸਰਕਾਰ ਐ ਕਰ ਦਿਆ ਫਿਰ ਫਿਰ ਮੈਂ ਅਗਲੀ ਲਾਈਨ ਲਿਖੀ ਵੀ ਵੈਸੇ ਤਾਂ ਮੈਂ ਕਿਹਾ ਨਹੀਂ ਮੈਂ ਦੱਸਦਾ ਉੱਤੇ ਪਰ ਜੇ ਮੈਨੂੰ ਕੁਝ ਵੀ ਕਰਨਾ ਪਵੇ ਇੱਕ ਪਾਸੇ 3000 ਲੜਕੀ ਬੈਠੀ ਐ ਉੱਥੇ ਜਿਹਦਾ ਦਾਖਲਾ ਹੋਣਾ ਐ ਇੱਕ ਪਾਸੇ ਇੱਕ ਅੱਡੀ ਲੜਕੀ ਐ ਪ੍ਰਿੰਸੀਪਲ ਕਿ ਫਿਰ ਮੈਂ ਇਹਦੇ ਖਿਲਾਫ ਫੈਸਲਾ ਨੂੰ 3000 ਵਿਆਹ ਕਰ ਦਵਾਂ ਕਿਉਂਕਿ ਉਹ ਵੀ ਲੜਕੀਆਂ ਨੇ ਉਹ ਵੀ ਔਰਤਾਂ ਮੈਂ 3000 ਦੇ ਹੱਕ ਜਾਉ ਮਾਈਕ ਦੇ ਹੱਕ ਤੇ ਨਹੀਂ ਜਾਂਦਾ ਚਾਹੇ ਉਹ ਜੋ ਮਰਜ਼ੀ ਹੋਵੇ ਹਾਲਾਂਕਿ ਮੈਨੂੰ ਲਿਖਣ ਦੀ ਲੋੜ ਨਹੀਂ ਨਹੀਂ ਲੋਕ ਕਹਿੰਦੇ ਦਾ ਪਾਗਲ ਆਇਆ ਇਹ ਬੰਦਾ ਮੈਂ ਲਿਖਿਆ ਉਹਦੇ 'ਚ ਵੀ ਮੈਂ ਇੱਕ ਦੇ ਹੱਕ ਚ ਲਈ ਜਾਊਂਗਾ ਮੈਂ ਤਾਂ 3000 ਦੇ ਹੱਕ ਚ ਜਾਊਂਗਾ ਉਹਨਾਂ ਦੇ ਹੱਕੇ ਖੋ ਰਹੇ ਇੱਕ ਬੰਦਾ ਵੀ ਮੈਂ ਜੀ ਮੇਰੀ ਪਾਵਰ ਹੈ ਫਿਰ ਖੋ ਕੇ ਦਿਖਾ ਦੇ ਸੋ ਇਹਸ ਕਰਕੇ ਜਦ ਤੁਸੀਂ ਐਕਸ਼ਨ ਲੈਣਾ ਨਾ ਨਾ ਅਗਲੇ ਨੂੰ ਦੱਸ ਦੇ ਵੀ ਨਾ ਇਹ ਤੇ ਲਿਖਣ ਨਾ ਰੱਖੀ ਜੀ ਆ ਨਾਲ ਦੱਸੋ ਵੀ ਅਸੀਂ ਐਸ ਪਾਸੇ ਖੜਿਆ ਲਾਈਨ ਖਿੱਚਣੀ ਪਊਗੀ ਜਿਵੇਂ ਬਾਬੇ ਨਾਨਕ ਨੇ ਲਾਈਨ ਖਿੱਚੀ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੋ ਕਿਆਰੀ ਬਸ ਇਹ ਕਹਿਣਾ ਪਊਗਾ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ